ਦੋਸਤੋ ਤੁਸੀਂ ਸੁਣ ਰਹੇ ਹੋ ਸਿੱਧੂ ਲਾਈਵ ਸ਼ੋਅ ਰੇਡੀਓ ਚੰਨ ਪ੍ਰਦੇਸੀ ਦੀ ਖਾਸ ਪੇਸ਼ਕਸ਼ ਔਰ ਇਸ ਵਕਤ ਖਬਰਸਾਰ ਦੇ ਨਾਲ ਅਸੀਂ ਫੇਰ ਮੁਖਾਤਬ ਹਾਂ। ਪਰਮਜੀਤ ਸਿੰਘ ਬਾਟ ਇਸ ਵਕਤ ਆਪਣੇ ਨਾਲ ਜੁੜੇ ਹੋਏ ਨੇ ਔਰ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਖਾਸ ਗੱਲ ਇਹ ਹੈ ਕਿ ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਗਲੋਬਲ ਅਲਾਇੰਸ ਵਾਲੇ ਅਤੁਲ ਕਪੂਰ ਜੀ ਨੇ। ਉਨ੍ਹਾਂ ਨੇ ਸਲਾਹ ਵੀ ਦਿੱਤੀ ਹੈ ਕਿ ਸਾਰੇ ਅਮਰੀਕਾ ਚ ਤੁਸੀਂ ਕੋਈ ਵੀ ਸਰਵਿਸ ਲੈਣੀ ਹੈ ਜਿਵੇਂ ਫੈਮਿਲੀ ਇਮੀਗ੍ਰੇਸ਼ਨ ਗੁਰੂ ਘਰ ਦੇ ਗ੍ਰੰਥੀਆਂ ਲਈ ਵੀਜ਼ਾ ਗ੍ਰੀਨ ਕਾਰਡ ਐਪਲੀਕੇਸ਼ਨ ਇੰਡੀਆ ਦਾ ਵੀਜ਼ਾ ਓਸੀ ਤੇ ਪਾਸਪੋਰਟ ਸਿਟੀਜ਼ਨਸ਼ਿਪ ਐਪਲੀਕੇਸ਼ਨ ਜਾਂ ਟੈਸਟ ਦੀ ਤਿਆਰੀ ਕਰਨੀ ਹੈ ਕਹਿੰਦੇ ਫਿਰ ਕਾਲ ਕਰ ਲਓ 001 ਕੋਡ ਹੈ ਤੇ ਉਸ ਤੋਂ ਬਾਅਦ 209-808-2136 209-808-2136 ਦੇ ਉੱਤੇ ਤੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਸੱਜਣ ਨੇ ਜਸਵਿੰਦਰ ਸਿੰਘ ਮਿਸੀਸਿਪੀ ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾ ਤੋਂ ਜ਼ਿਲ੍ਹਾ ਕਪੂਰਥਲਾ ਤੋਂ ਤੇ ਅੱਜ ਵਾਟ ਸਾਹਿਬ ਨੂੰ ਆਪਾਂ ਜੀ ਆਇਆਂ ਆਖਦੇ ਹਾਂ। ਜੀ ਵਾਟ ਸਾਹਿਬ ਸਵਾਗਤ ਅੱਜ ਦੇ ਸ਼ੋਅ ਦੇ ਵਿਚ ਵੀ ਤੇ 36ਵੀਂ ਵਾਰ ਇਸ ਧਰਤੀ ਦੇ ਉੱਤੇ ਆਉਣ ਦੇ ਵਾਸਤੇ ਵੀ ਮੁਬਾਰਕਬਾਦ ਜਨਮ ਦਿਨ ਦੀ। ਸ਼ੁਕਰੀਆ ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੈਂਟਰ ਦੇਸੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਕਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ ਯੂਐਸਏ ਵਾਲਿਆਂ ਵੱਲੋਂ ਤੇ ਮੁਬਾਰਕਬਾਦ ਲਈ ਧੰਨਵਾਦ ਜੀ ਤੁਹਾਡਾ ਬਹੁਤ ਜੀ। ਸੋ ਅੱਜ ਉਧਰੋਂ ਆਪਣੇ ਅੰਕਲ ਰਘਵੀਰ ਸਿੰਘ ਵਸਰਾਓ ਸਾਹਿਬ ਦਾ ਵੀ ਜਨਮ ਦੇਣਾ ਤੇ ਕੁਛ ਹੋਰ ਸੱਜਣ ਸਨੇਹੀ ਜਿਨ੍ਹਾਂ ਦਾ ਵੀ ਜਨਮ ਦੇਣਾ ਸਾਰਿਆਂ ਨੂੰ ਮੁਬਾਰਕਬਾਦ। ਤੇ ਇੱਕੋ ਗੱਲ ਹੁੰਦੀ ਹੈ ਕਿ ਤੁਮ ਜੀਓ ਹਜ਼ਾਰੋ ਸਾਲ ਹਰ ਦਿਨ ਕੇ ਪਤਾ ਨਹੀਂ ਹਰ ਸਾਲ ਕੇ ਦਿਨ ਹੋ 5000 ਕੁਛ ਚਲੋ ਦਿਨ ਤਾਂ ਘੱਟ ਵੱਧ ਹੋ ਸਕਦੇ ਆ ਪਰ ਮੈਂ ਕਹਿਣਾ ਕਿ ਜ਼ਿੰਦਗੀ ਉਹੀ ਵਧੀਆ ਹੁੰਦੀ ਹੈ ਜਿਹੜੀ ਖੁਸ਼ਗਵਾਰ ਬੀਤ ਜੇ ਚਾਹੇ ਉਹ ਇੱਕ ਪਲ ਦੀ ਹੈ ਜਾਂ ਸਦੀਆਂ ਦੀ। ਤੇ ਇੱਕ ਸੁਨੇਹਾ ਹੋਰ ਹੈ ਵਟਸਐਪ ਆਪਾਂ ਇਹ ਵੀ ਦੇ ਦਈਏ ਇਹ ਹੈ 9ਵਾਂ ਕਬੱਡੀ ਕੱਪ 2018 ਦਾ 14 ਅਕਤੂਬਰ ਨੂੰ ਹੋਣ ਜਾ ਰਿਹਾ ਸੰਡੇ ਵਾਲੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਚੱਲੂਗਾ। 509th street 69ਵੀਂ ਸਟਰੀਟ ਅਪਰ ਵਾਰਬੀ ਪੀ ਏ 1982 ਇਸ ਏਰੀਆ ਦੇ ਵਿਚ ਫਿਲਾਡੇਲਫੀਆ ਦੇ ਵਿਚ ਹੋਣ ਜਾ ਰਿਹਾ ਤੇ ਪੰਜਾਬ ਸਪੋਰਟਸ ਕਲੱਬ ਦੇ ਵੱਲੋਂ ਇਹ ਕਬੱਡੀ ਦਾ ਟੂਰਨਾਮੈਂਟ ਹੈ। ਸੋ ਕਿਹਾ ਜਾਂਦਾ ਕਿ ਇਸ ਸੀਜ਼ਨ ਦਾ ਇਹ ਆਖਰੀ ਕੋਈ ਟੂਰਨਾਮੈਂਟ ਹੈ ਬਹੁਤ ਸਾਰੀਆਂ ਟੀਮਾਂ ਇਹਦੇ ਵਿਚ ਭਾਗ ਲੈਣਗੀਆਂ ਤੇ ਸੱਜਣੋ ਜਿਹੜੇ ਨੇੜੇ ਤੇੜੇ ਵਾਸਤੇ ਹੋ ਜ਼ਰੂਰ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ ਤੇ ਬਾਕੀ ਸੰਪਰਕ ਜਿਹੜਾ ਕਰਨਾ ਉਸ ਨੂੰ ਨੰਬਰ ਅਸੀਂ ਬਾਅਦ ਦੇ ਵਿਚ ਸਾਂਝਾ ਕਰ ਦਾਂਗੇ। ਜੀ ਵਟ ਸਾਹਿਬ ਹੁਣ ਅਸੀਂ ਚੱਲੀਏ ਖਬਰਸਾਰ ਦੀ ਦੁਨੀਆਂ ਦੇ ਵਿਚ ਤੇ ਖਬਰਾਂ ਕੀ ਕਹਿੰਦੀਆਂ ਨੇ ਜੀ। ਐਸ ਜੀ ਪੀ ਸੀ ਚੋਣਾਂ ਦੇ ਸਬੰਧੀ ਫੂਲਕਾ ਹੋਰਾਂ ਨੇ ਚਿੱਠੀਆਂ ਲਿਖ ਕੇ ਪਾਈਆਂ ਜੀ, ਇੱਕ ਇਧਰ ਨੂੰ ਪੋਸਟ ਕਰਤੀ ਤੇ ਦੂਜੀ ਉਧਰ ਨੂੰ ਕਰਤੀ। ਮੈਨੂੰ ਲੱਗਦਾ ਜਵਾਬ ਕਿਸੇ ਦਾ ਵੀ ਨਹੀਂ ਆਉਣਾ ਤੇ ਫਿਰ ਫੂਲਕਾ ਸਾਹਿਬ ਵੀ ਕਹਿਣਗੇ ਕਿ ਪਹਿਲੀ ਚਿੱਠੀ ਦਾ ਜਵਾਬ ਹੀ ਨਾ ਆਇਆ ਹੋਰ ਕਿਵੇਂ ਪਾਵਾਂ ਚਿੱਠੀਆਂ। ਸੁਖਨਾਥ ਜੀ ਫੂਲਕਾ ਸਾਹਿਬ ਵਕੀਲ ਨੇ ਉਹ ਵੀ ਸੁਪਰੀਮ ਕੋਰਟ ਦੇ ਜੀ, ਮੈਨੂੰ ਲੱਗਦਾ ਕਿ ਦੂਜੀ ਚਿੱਠੀ ਨਹੀਂ ਪਾਉਣਗੇ ਦੂਜਾ ਨੋਟਿਸ ਹੀ ਕੱਢਣਗੇ। ਇਹ ਹੋ ਸਕਦਾ ਜੀ, ਤੇ ਜੇ ਦੂਸਰਾ ਨੋਟਿਸ ਕੱਢ ਦਿੱਤਾ ਤਾਂ ਫਿਰ ਉਹਦਾ ਜਵਾਬ ਦੇਰ ਸਵੇਰ ਕਿਤੇ ਨਾ ਕਿਤੇ ਆ ਹੀ ਜਾਂਦਾ ਹੁੰਦਾ, ਭਾਵੇਂ ਭਾਰਤੀ ਕਾਨੂੰਨ ਦੇ ਵਿਚ ਲੋਕਤੰਤਰ ਦੇ ਵਿਚ ਅਦਾਲਤੀ ਇਨਸਾਫ਼ ਵੀ ਇੰਨਾ ਸੌਖਾ ਨੀ ਮਿਲਦਾ, ਪਰ ਫਿਰ ਵੀ ਚਲੋ ਜੰਗ ਜਾਰੀ ਰਹਿਣੀ ਚਾਹੀਦੀ ਹੈ ਜੀ। ਅੱਜ ਮੈਨੂੰ ਲੱਗਦਾ ਹੈ ਕਿ ਬਹੁਤ ਖਾਸ ਖਬਰ ਹੈ, ਕੁਝ ਨਵੇਂ ਤੱਥ ਨੇ, ਕੁਝ ਨਵੀਆਂ ਸੱਚਾਈਆਂ ਨੇ ਜਿਹੜੀਆਂ ਐਡਵੋਕੇਟ ਫੂਲਕਾ ਸਾਹਿਬ ਨੇ ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫਿਰ ਸਾਹਮਣੇ ਲਿਆਉਣ ਦਾ ਯਤਨ ਕੀਤਾ ਜੀ। ਹੁਣ ਤੱਕ ਇੱਕ ਬਹੁਤ ਵੱਡਾ ਭੁਲੇਖਾ ਜਿਹਾ ਸੀ, ਇੱਕ ਬਹੁਤ ਵੱਡਾ ਉਹ ਧੁੰਦੂਕਾਰਾ ਜਿਹਾ ਸੀ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ 2021 ਤੋਂ ਪਹਿਲਾਂ ਨਹੀਂ ਹੋ ਸਕਦੀਆਂ ਕਿ ਅਦਾਲਤ ਦੇ ਵਿੱਚੋਂ ਜਾ ਕੇ ਕੋਈ ਨਾ ਕੋਈ ਰਾਹਤ ਜਿਹੜੀ ਹੈ ਉਹ ਮੌਜੂਦਾ ਮੈਂਬਰਾਂ ਨੂੰ ਮਿਲ ਸਕਦੀ ਹੈ। ਪਰ ਅੱਜ ਫੂਲਕਾ ਸਾਹਿਬ ਨੇ ਜਿਹੜੇ ਤੱਥ ਦੇਣ ਦੇ ਯਤਨ ਕੀਤਾ ਉਹਦੇ ਮੁਤਾਬਕ ਤਾਂ ਲੱਗਦਾ ਕਿ ਕੰਮ ਕਿਸੇ ਹੋਰ ਪਾਸੇ ਨੂੰ ਤੁਰ ਪੈਣਾ। ਹੁਣ ਦੇਖੋ 2011 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ, ਸਿੱਖ ਸੰਗਤ ਜਿਨ੍ਹਾਂ ਨੇ ਆਪਣੀਆਂ ਵੋਟਾਂ ਬਣਾਈਆਂ ਉਹਨਾਂ ਵੋਟਾਂ ਪਾ ਕੇ ਮੈਂਬਰ ਸਾਹਿਬਾਨ ਚੁਣੇ 2016 ਤੱਕ ਜੀ। ਸਹਿਜਕਾਰੀ ਸਿੱਖ ਵੋਟਰਾਂ ਦਾ ਮੁੱਦਾ ਚੱਲ ਪਿਆ, ਉਦੋਂ ਤੱਕ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਸੀ ਕਿ ਭਾਈ ਆ ਆ ਮੈਂਬਰ ਐਸ ਐਸ ਹਲਕੇ ਤੋਂ ਜਿੱਤ ਚੁੱਕਿਆ ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਭਾਵੇ ਕਿ 5 ਸਾਲਾਂ ਦੇ ਵਿੱਚ ਜਿੰਨੇ ਦਿਨ ਹੁੰਦੇ ਆ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਜੀ। ਤੇ ਜਦੋਂ ਪੁੱਠੀ ਗਿਣਤੀ ਸ਼ੁਰੂ ਹੋ ਗਈ ਉਹਦੇ ਵਿਚਾਲੇ ਸਹਿਜਕਾਰੀ ਸਿੱਖ ਵੋਟਰਾਂ ਦਾ ਮੁੱਦਾ ਆ ਗਿਆ, ਸੁਪਰੀਮ ਕੋਰਟ ਚ ਮਾਮਲਾ ਚਲੇ ਗਿਆ, ਸੁਪਰੀਮ ਕੋਰਟ ਨੇ ਹਾਊਸ ਮੁਲਤਵੀ ਕਰ ਦਿੱਤਾ। ਪਰ ਹਾਊਸ ਦੁਆਰਾ ਚੁਣੀ ਗਈ ਜਿਹੜੀ ਇੱਕ 15 ਮੈਂਬਰੀ ਕਮੇਟੀ ਸੀ ਅਗਲੀ ਪਿਛਲੀ, ਉਹਨੂੰ ਤਾਕਤਾਂ ਦਿੱਤੀਆਂ ਕਿ ਕੰਮ ਕਰ ਤੁਸੀਂ ਚਲਾਓ। ਉਹਦੇ ਤੋਂ ਬਾਅਦ 2016 ਦੇ ਵਿੱਚ ਜਾ ਕੇ ਉਹ ਸਾਰਾ ਜਾਲਾ ਜਿਹੜਾ ਜਾਲਾ ਜਿਹਾ ਸੀ ਲਿੱਥ ਗਿਆ, ਹਾਊਸ ਦੁਬਾਰਾ ਜਿਹੜਾ ਬਹਾਲ ਕਰ ਦਿੱਤਾ ਗਿਆ
ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦਾ ਮੰਨਣਾ ਸੀ ਕਿ ਇਸ ਹਾਊਸ ਨੂੰ ਹੁਣ 2011 ਦੀ ਥਾਂ 2016 ਤੋਂ ਸ਼ੁਰੂ ਹੋਇਆ ਮੰਨਿਆ ਜਾਵੇ ਤੇ 2021 ਚ ਵੋਟਾਂ ਫਿਰ ਪੈਣਗੀਆਂ। ਚਲੋ ਜਿਵੇਂ ਜਿਹਨੇ ਜਿਹੜੀ ਗੱਲ ਕਹਿਣੀ ਸੀ ਉਹਨੇ ਕਹਿਤੀ, ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਗਿਆ ਸੀ ਕਿ ਕੀ ਸੱਚੇ ਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਹੁਣ 10 ਸਾਲ ਤੱਕ ਕੰਮ ਕਰਨਗੇ 2011 ਤੋਂ 2021 ਤੱਕ। ਇਸੇ ਦਰਮਿਆਨ ਇੱਕ ਬਲਦੇਵ ਸਿੰਘ ਸਿਰਸਾ ਨਾਂ ਦੇ ਸਿੱਖ ਆਗੂ ਨੇ ਉਹ ਅਦਾਲਤ ਦੇ ਵਿੱਚ ਚਲੇ ਗਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਾਈਆਂ ਜਾਣੀਆਂ ਚਾਹੀਦੀਆਂ ਕਿਉਂਕਿ 2016 ਦੇ ਵਿੱਚ ਕਾਰਜਕਾਲ ਖਤਮ ਹੋ ਗਿਆ, ਭਾਵੇਂ ਵਿਚਾਲੇ ਜੋ ਕੁਝ ਵੀ ਹੋਇਆ। ਅਜੇ ਮਾਮਲਾ ਸੁਣਵਾਈ ਅਧੀਨ ਸੀ ਕਿ ਅੱਜ ਐਡਵੋਕੇਟ ਐਚ ਐਸ ਫੂਲਕਾ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਵੀ ਨੇ, 1983 ਦੇ ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਦੇ ਉੱਪਰ ਕੇਸ ਵੀ ਲੜਦੇ ਨੇ। ਉਹਨਾਂ ਨੇ ਮੋਟੇ ਰੂਪ ਦੇ ਵਿੱਚ ਸਿੱਧੇ ਤੌਰ ਤੇ ਕਹਿਤਾ, ਉਹ ਕਹਿੰਦੇ ਜੀ ਦੇਖੋ ਮੈਂ ਚਿੱਠੀ ਇੱਕ ਪਾਈ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਸਾਹਿਬ ਨੂੰ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿੰਨੀ ਛੇਤੀ ਹੋ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਓ ਕਿਉਂਕਿ ਕੇਂਦਰ ਸਰਕਾਰ ਦੇ ਅਧੀਨ ਹੀ ਹੈ ਸਾਰਾ ਕੁਝ। ਜੀ ਦੂਸਰੀ ਚਿੱਠੀ ਉਹ ਕਹਿੰਦੇ ਮੈਂ ਪਾਈ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ, ਕਪਤਾਨ ਸਾਹਿਬ ਨੂੰ ਚਿੱਠੀ ਇਸ ਕਰਕੇ ਪਾਈ ਹੈ ਕਿ ਭਾਵੇਂ ਸਾਰਾ ਕੁਝ ਕੇਂਦਰ ਸਰਕਾਰ ਦੇ ਅਧੀਨ ਹੈ ਪਰ ਜੇ ਸੂਬੇ ਦੀ ਸਰਕਾਰ ਪ੍ਰੈਸ਼ਰ ਕ੍ਰੀਏਟ ਕਰੇ, ਪ੍ਰੈਸ਼ਰ ਬਣਾਉਣ ਦਾ ਯਤਨ ਕਰੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਵੇਲੇ ਸਿਰ ਕਰਾਉਣ ਦੇ ਲਈ ਕੇਂਦਰ ਦੀ ਸਰਕਾਰ ਮਜਬੂਰ ਹੋ ਸਕਦੀ ਹੈ। ਵੈਸੇ ਵੀ ਉਹ ਕਹਿੰਦੇ ਕਿ ਵੋਟਾਂ ਬਣਾਉਣ ਦਾ ਕੰਮ, ਵੋਟਾਂ ਪਵਾਉਣ ਦਾ ਕੰਮ, ਸੁਰੱਖਿਆ ਪ੍ਰਬੰਧਾਂ ਦਾ ਕੰਮ, ਉਹ ਸਾਰਾ ਕੁਝ ਸੂਬੇ ਦੀ ਸਰਕਾਰ ਨੇ ਵੇਖਣਾ ਹੁੰਦਾ, ਇਸ ਕਰਕੇ ਸੂਬੇ ਦੀ ਸਰਕਾਰ ਦਾ ਮਨੋ ਤਿਆਰ ਹੋਣਾ ਬਹੁਤ ਜ਼ਰੂਰੀ ਹੈ। ਦੂਸਰੇ ਪਾਸੇ ਉਹਨਾਂ ਨੇ ਤਰਕ ਕੀ ਦਿੱਤਾ, ਉਹ ਕਹਿੰਦੇ ਮੈਂ ਤਾਂ ਇਹ ਗੱਲ ਬਿਲਕੁਲ ਕਾਨੂੰਨੀ ਰੂਪ ਦੇ ਵਿੱਚ ਸਪਸ਼ਟ ਹਾਂ ਕਿ ਪਿਛਲੇ 2 ਵਰ੍ਹਿਆਂ ਤੋਂ ਯਾਨੀ 2016 ਤੋਂ ਲੈ ਕੇ 2018 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਆ। ਇਹਨਾਂ ਨੂੰ ਕਹਿੰਦੇ ਕੋਈ ਰਾਈਟ ਹੀ ਨਹੀਂ ਕਿ ਜੇ 2011 ਚ ਚੁਣੇ ਗਏ ਸੀ ਤੇ 2016 ਚ ਇਹਨਾਂ ਦੀ ਟਰਮ ਮੁੱਕ ਗਈ, ਬਾਕੀ 2 ਸਾਲ ਇੱਕ ਕੰਮ ਨਹੀਂ ਸੀ ਕਰ ਸਕਦੇ ਪਰ ਧੱਕੇ ਨਾਲ ਕੰਮ ਕਰਾਈ ਜਾਂਦੇ ਤੇ 3 ਸਾਲ ਹੋਰ ਕਰਨਾ ਚਾਹੁੰਦੇ ਆ। ਹੁਣ ਉਹਨਾਂ ਨੇ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਇੱਕ ਪੰਨਾ ਵਿਖਾਇਆ, ਸੁਖਨੈਬ ਜੀ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਉਸ ਪੰਨੇ ਚ ਸੀ ਕਿ ਉਹ ਕਹਿੰਦੇ ਆ ਵੇਖੋ ਪਹਿਲੇ ਪਹਿਰੇ ਦੇ ਵਿੱਚ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਕਿਉਂਕਿ ਜੀ ਤੁਸੀਂ ਛੇਤੀ ਹੀ ਸਦਨ ਜਿਹੜਾ ਮੁਲਤਵੀ ਕਰ ਦਿੱਤਾ ਸੀ ਇਸ ਕਰਕੇ ਉਹ 5 ਸਾਲ ਤਾਂ ਸਾਡੇ ਤੋਂ ਕੋਈ ਕੰਮ ਨਾ ਹੋਇਆ, ਤੁਸੀਂ ਸਾਨੂੰ 5 ਸਾਲ ਹੋਰ ਇਸੇ ਹਾਊਸ ਦੇ ਨਾਲ ਕੰਮਕਾਰ ਚਲਾਉਣ ਦੀ ਆਗਿਆ ਦਿਓ। ਉਹ ਜੱਜਮੈਂਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੀ ਗਈ ਮੰਗ ਦਾ ਜ਼ਿਕਰ ਸੀ ਤੇ ਅਗਲੇ ਪੈਰੇ 'ਚ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਦਾ ਜ਼ਿਕਰ। ਉਹ ਕਹਿੰਦੇ ਕਿ ਇਸ ਮੁੱਦੇ ਦੇ ਉੱਤੇ ਅਸੀਂ ਕੋਈ ਨਿਰਦੇਸ਼ ਨਹੀਂ ਦਿੰਦੇ ਕਿ ਤੁਹਾਨੂੰ 5 ਸਾਲ ਹੋਰ ਜ਼ਰੂਰ ਦਿੱਤੇ ਜਾਣ। ਇਹਦਾ ਮਤਲਬ ਹੈ ਕਿ ਸੁਪਰੀਮ ਕੋਰਟ ਨੇ ਕੋਈ ਆਰਡਰ ਦਿੱਤਾ ਹੀ ਨਹੀਂ। ਜੇ ਸੁਪਰੀਮ ਕੋਰਟ ਨੂੰ ਇਹ ਲੱਗਦਾ ਕਿ ਹਾਂ ਬਈ ਇਹ 5 ਸਾਲ ਤਾਂ ਸੱਚੀ ਇਹਨਾਂ ਦੇ ਖਰਾਬ ਹੋ ਗਏ, ਇਹਨਾਂ ਨੂੰ ਸੱਚੀ ਮੁੱਚੀ 5 ਸਾਲ ਹੋਰ ਸਮਾਂ ਮਿਲਣਾ ਚਾਹੀਦਾ, ਫਿਰ ਸੁਪਰੀਮ ਕੋਰਟ ਨੇ ਫੂਲਕਾ ਸਾਹਿਬ ਕਹਿੰਦੇ ਕਿ ਹੁਕਮਾਂ ਦੇ ਵਿੱਚ ਲਿਖਣਾ ਸੀ ਪਰ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਮਨਾ ਕਰ ਦਿੱਤਾ ਇਹ ਹੁਕਮ ਦੇਣ ਤੋਂ। ਇਸ ਕਰਕੇ ਉਹ ਕਹਿੰਦੇ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਰਾਈਟ ਨਹੀਂ ਕਿ ਉਹ 5 ਸਾਲਾਂ ਦੇ ਲਈ ਚੁਣੇ ਗਏ ਹਾਊਸ ਨੂੰ 10 ਸਾਲਾਂ ਤੱਕ ਅੱਗੇ ਤੋਰ ਸਕੇ, ਨਾ ਸੂਬਾ ਸਰਕਾਰ ਦੇ ਕੋਲ ਤੇ ਨਾ ਕਹਿੰਦੇ ਸੈਂਟਰ ਗੌਰਮੈਂਟ ਦੇ ਕੋਲ ਕੋਈ ਅਧਿਕਾਰ ਹੈ ਜੀ ਕਿ ਸੂਬਾ ਸਰਕਾਰ ਜਾਂ ਸੈਂਟਰ ਸਰਕਾਰ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਇਹ ਸਾਰਾ ਕੰਮਕਾਰ ਅੱਗੇ ਤੋਰ ਸਕੇ। ਇਹ ਸਿਰਫ ਤੇ ਸਿਰਫ ਕਹਿੰਦੇ ਸੁਪਰੀਮ ਕੋਰਟ ਚ ਹੋ ਸਕਦਾ ਤੇ ਸੁਪਰੀਮ ਕੋਰਟ ਨੇ ਉਸ ਗੱਲ ਦੀ ਆਗਿਆ ਦਿੱਤੀ ਨਹੀਂ, ਇਸ ਕਰਕੇ ਉਹ ਕਹਿੰਦੇ ਬਿਲਕੁਲ ਗੈਰ ਕਾਨੂੰਨੀ ਹੈ, ਮੁਤਾਬਕ ਨਿਯਮਾਂ ਦੇ ਕੰਮ ਨਹੀਂ ਚੱਲ ਰਿਹਾ, ਫੌਰੀ ਤੌਰ ਦੇ ਉੱਤੇ ਚੋਣਾਂ ਕਹਿੰਦੇ ਹੋ ਜਾਣੀਆਂ ਚਾਹੀਦੀਆਂ। ਚਲੋ ਉਹਦੇ ਬਾਅਦ ਪੱਤਰਕਾਰ ਭਰਾ ਨੇ ਸਵਾਲ ਕੀਤਾ, ਉਹ ਕਹਿੰਦੇ ਫੂਲਕਾ ਸਾਹਿਬ ਚਲੋ ਮੰਨ ਲਓ ਚੋਣਾਂ ਐਲਾਨ ਹੋ ਗਿਆ, ਤੁਹਾਨੂੰ ਕੀ ਲੱਗਦਾ ਕੀ ਪਰਪਜ਼ ਹੈ, ਕਿਹਨੂੰ ਲਾਉਣਾ ਤੇ ਕਿਹਨੂੰ ਬਣਾਉਣਾ? ਉਹ ਕਹਿੰਦੇ ਪਹਿਲੀ ਗੱਲ ਇਹ ਕਿ ਬਾਦਲ ਪਰਿਵਾਰ ਦਾ ਗੱਲਬਾਤ ਖਤਮ ਹੋਣਾ ਚਾਹੀਦਾ, ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਨੇ। ਫਿਰ ਸਵਾਲ ਕੀਤਾ ਜੀ ਜੇ ਕਾਂਗਰਸ ਸਿੱਧੀ ਸਿੱਧੀ ਆ ਗਈ, ਉਹ ਕਹਿੰਦੇ ਨੇੜੇ ਵੀ ਨਹੀਂ ਖੜਨ ਦਿੰਦੇ, ਕਾਂਗਰਸ ਤਾਂ ਦੁਸ਼ਮਣ ਜਮਾਤ ਆ। ਤੀਸਰੀ ਗੱਲ ਉਹਨਾਂ ਨੂੰ ਪੁੱਛਿਆ ਕਿ ਚਲੋ ਤੁਸੀਂ ਉਹ ਹੀ ਦੱਸ ਦਿਓ, ਜੇ ਕੋਈ ਵੀ ਨਹੀਂ ਠੀਕ ਤਾਂ ਮਾੜਾ ਮੋਟਾ ਤੁਸੀਂ ਦੱਸੋ ਕਿ ਆਪਾਂ ਕਿਹਨੂੰ ਬਣਾਉਣਾ ਤੇ ਕਿਹਨੂੰ ਲਾਉਣਾ। ਉਹ ਕਹਿੰਦੇ ਮੇਰੀ ਨਿੱਜੀ ਤੌਰ ਤੇ ਰਾਏ ਇਹ ਹੈ ਕਿ ਮੈਂ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਮੁਹਿੰਮ ਵੀ ਚਲਾਉਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਨਿਰੋਲ ਸਿੱਖ ਸਾਂਭਣ ਤੇ ਉਹ ਸਾਂਭਣ ਜਿਨ੍ਹਾਂ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਗੈਰ ਸਿਆਸੀ ਬੰਦੇ ਹੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾਦਾਰੀ ਸਾਂਭਣਗੇ, ਕੰਮ ਕਹਿੰਦੇ ਫੇਰ ਦਰੁਸਤ ਹੋਣਾ, ਊਂ ਦਰੁਸਤੀ ਨਹੀਂ ਆਉਣਾ।
ਹਾਲਾਂਕਿ ਉਹਨਾਂ ਨੂੰ ਭਾਈ ਧਿਆਨ ਸਿੰਘ ਮੰਡ ਦੇ ਬਾਰੇ, ਭਾਈ ਬਲਜੀਤ ਸਿੰਘ ਦਾਤੂਵਾਲ ਸਾਹਿਬ ਦੇ ਬਾਰੇ ਕਈ ਸਵਾਲ ਕੀਤੇ ਗਏ ਕਿ ਕੀ ਤੁਹਾਨੂੰ ਇਹ ਲੱਗਦਾ ਕਿਹਨਾਂ ਬੰਦਿਆਂ ਨੂੰ ਪ੍ਰਧਾਨ ਬਣਾਈ? ਉਹ ਕਹਿੰਦੇ ਮੈਨੂੰ ਨਹੀਂ ਪਤਾ। ਮੈਂ ਸਿਰਫ ਇੱਕੋ ਗੱਲ ਕਹਿੰਦਾ ਕਿ ਗੈਰ ਸਿਆਸੀ ਲੋਕ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਉਣਗੇ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਜਿਹੜਾ ਉਹ ਥੋੜਾ ਬਹੁਤ ਪਾਰਦਰਸ਼ੀ ਹੋਏਗਾ, ਨਹੀਂ ਤਾਂ ਇਸ ਵੇਲੇ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਉਹ ਬਹੁਤ ਮਾੜੇ ਆ। ਹੁਣ ਉਡੀਕ ਕਰਨੀ ਚਾਹੀਦੀ ਹੈ, ਮੈਨੂੰ ਲੱਗਦਾ ਕਪਤਾਨ ਸਾਹਿਬ ਤਾਂ ਅੱਗੇ ਕਾਹਲੇ ਹੋਣੇ ਕਿ ਜਿੰਨੀ ਛੇਤੀ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਏ। ਦੂਸਰੇ ਪਾਸੇ ਕੇਂਦਰ ਸਰਕਾਰ ਨੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਖਾਸ ਰਿਸਪੋਂਸ, ਖਾਸ ਤੇ ਪ੍ਰਤੀਕਿਰਿਆ ਇਸ ਮੁੱਦੇ ਦੇ ਉੱਤੇ ਬਿਲਕੁਲ ਕਾਨੂੰਨੀ ਢੰਗ ਦੇ ਨਾਲ ਨਾ ਦਿੱਤੀ ਤਾਂ ਹੋ ਸਕਦਾ ਫਿਰ ਐਡਵੋਕੇਟ ਫੂਲਕਾ ਸਾਹਿਬ ਕਾਨੂੰਨੀ ਰਾਹ ਆਪ ਅਖਤਿਆਰ ਕਰ ਲੈਣ। ਜੀ, ਤੇ ਅਕਾਲੀ ਆਗੂ ਹੈ ਜਿਹੜੇ ਨਾਰਾਜ਼ ਆਗੂ ਹੈ ਜੀ, ਉਹਨਾਂ ਦੇ ਮਾਮਲੇ ਚ ਚੁੱਪ ਵੱਟੀ ਬੈਠੇ ਆ, ਕਹਿੰਦੇ ਆਪਾਂ ਨੀ ਗੱਲ ਕਰਨੀ। ਸੁਖਨੈਬ ਜੀ, ਸੇਵਾ ਸਿੰਘ ਸੇਖਵਾਂ ਕੈਬਨਿਟ ਮੰਤਰੀ ਰਹਿ ਚੁੱਕੇ ਅਕਾਲੀ ਦਲ ਦੀਆਂ ਸਰਕਾਰਾਂ ਚ ਜੀ, ਉਹਨਾਂ ਚਾਰ ਪੰਜ ਆਗੂਆਂ ਦੇ ਵਿੱਚ ਸ਼ਾਮਿਲ ਵੀ ਸੀ ਜਿਨ੍ਹਾਂ ਨੇ ਪਟਿਆਲੇ ਵਾਲੀ ਰੈਲੀ ਤੋਂ ਪਹਿਲਾਂ ਡਾਕਟਰ ਰਤਨ ਸਿੰਘ ਅਜਨਾਲਾ ਦੇ ਘਰੇ ਮੀਟਿੰਗ ਕਰਕੇ ਮੁੜ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਕਿਹਾ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੁਆਰਾ ਕੀਤੇ ਗਏ ਬਹੁਤੇ ਫੈਸਲਿਆਂ ਨਾਲ ਇਤਫਾਕ ਨਹੀਂ ਰੱਖਦੇ। ਸੇਖਵਾਂ ਸਾਹਿਬ ਉਹਨਾਂ ਆਗੂਆਂ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਆਖਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਉਹ ਸੁਧਾਰਾਂ ਦੀ ਜਿਹੜੀ ਲੋੜ ਮਹਿਸੂਸ ਹੋ ਰਹੀ ਹੈ। ਕੁਝ ਕੁ ਫੈਸਲੇ ਐਸੇ ਕੀਤੇ ਗਏ ਨੇ ਜਿਨ੍ਹਾਂ ਫੈਸਲਿਆਂ ਦੇ ਉੱਤੇ ਪੁਨਰ ਵਿਚਾਰ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ। ਹੁਣ ਸੇਵਾ ਸਿੰਘ ਸੇਖਵਾਂ ਹੋਰੀ ਕਹਿੰਦੇ ਕਿ ਸਾਡੇ ਨਾਲ ਰੈਲੀ ਤੋਂ ਪਹਿਲਾਂ ਤਾਂ ਰਾਬਤਾ ਕੀਤਾ ਸੀ ਹਾਈਕਮਾਂਡ ਨੇ ਤੇ ਕਿਹਾ ਸੀ ਕਿ ਰੈਲੀ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ, ਪਰ ਹੁਣ 72 ਘੰਟੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ, ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਸੇ ਨੇ ਵੀ ਸਾਡੇ ਨਾਲ ਸੰਪਰਕ ਸਾਧਣ ਦਾ ਯਤਨ ਹੀ ਨਹੀਂ ਕੀਤਾ। ਇਹ ਸੇਵਾ ਸਿੰਘ ਸੇਖਵਾਂ ਦੀ ਜ਼ਬਾਨੀ ਹੈ। ਦੂਸਰਾ, ਉਹ ਕਹਿੰਦੇ ਹੁਣ ਤਕਰੀਬਨ ਫਾਈਨਲ ਹੈ ਕਿ ਅਸੀਂ 48 ਘੰਟਿਆਂ ਦੇ ਵਿੱਚ ਤਿੰਨੋਂ ਵੱਡੇ ਲੀਡਰ ਜਿਹੜੀ ਦੁਬਾਰਾ ਮੀਟਿੰਗ ਕਰਾਂਗੇ, ਉਹ ਮੀਟਿੰਗ ਆਖਰੀ ਹੋਏਗੀ ਤੇ ਉਹਦੇ ਵਿੱਚ ਹੋਏਗਾ ਆਖਰੀ ਫੈਸਲਾ। ਅਸੀਂ ਮੀਟਿੰਗ ਕਹਿੰਦੇ ਅੱਜ ਹੀ ਕਰ ਲੈਣੀ, ਪਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦੇ ਪਰਿਵਾਰ ਦੇ ਵਿੱਚ ਕੋਈ ਸਮਾਜਿਕ ਸਮਾਗਮ ਸੀ, ਉਹਦੇ ਕਰਕੇ 2 ਦਿਨ ਦੀ ਲੇਟ ਹੋਈ ਹੈ, ਨਹੀਂ ਤਾਂ ਅਸੀਂ ਲੇਟ ਕਰਨਾ ਨਹੀਂ ਸੀ ਚਾਹੁੰਦੇ। ਸੇਖਵਾਂ ਸਾਹਿਬ ਨੇ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਕਿ ਪਹਿਲਾਂ ਤਾਂ ਬਾਦਲ ਸਾਹਿਬ ਨੇ ਪਟਿਆਲੇ ਵਾਲੀ ਰੈਲੀ ਤੋਂ ਪਹਿਲਾਂ ਟੈਲੀਫੋਨ ਕਰਕੇ ਰੋਕ ਦਿੱਤਾ ਕਿ ਭਾਈ ਪ੍ਰੈਸ ਕਾਨਫਰੰਸ ਵਿੱਚ ਕੋਈ ਵੱਡਾ ਖਿਲਾਰਾ ਨਾ ਪਾ ਦਿਓ, ਤੇ ਜਦੋਂ ਰੈਲੀ ਚ ਇਕੱਠ ਵੀ ਹੋ ਗਿਆ, ਰੈਲੀ ਵੀ ਹੋ ਗਈ ਤੇ ਉਹਦੇ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਹੁਣ ਤੋਂ ਪੁੱਛਦਾ ਹੀ ਨੀ। ਹਾਲਾਤ ਸੁਖਨੈਬ ਜੀ ਏਦਾਂ ਦੇ ਬਣ ਗਏ, ਇਹ ਵੀ ਪਤਾ ਲੱਗਿਆ ਕਿ ਅੱਜ ਤੱਕ ਉਹ ਪ੍ਰਕਾਸ਼ ਸਿੰਘ ਬਾਦਲ ਜਿਹੜੇ ਬਗਾਵਤ ਸ਼ੁਰੂ ਬਾਅਦ ਵਿੱਚ ਹੁੰਦੀ ਸੀ ਜਾ ਕੇ ਭਾਈਚਾਰਕ ਤੌਰ ਤੇ ਨੱਪਣ ਦਾ ਯਤਨ ਉਹ ਪਹਿਲਾਂ ਕਰਦੇ ਹੁੰਦੇ ਸੀ, ਉਹ ਪ੍ਰਕਾਸ਼ ਸਿੰਘ ਬਾਦਲ ਚੁੱਪ ਕਿਉਂ ਬੈਠੇ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ ਤੇ ਜਿਹੜਾ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਤੂਫਾਨ ਵਿਚਾਰਿਆ। ਹੁਣ ਲੋਕਾਂ ਤੇ ਵੀ ਕਹਿਣਾ ਸ਼ੁਰੂ ਕਰਤਾ ਕਿ ਰੈਲੀ ਹੋਈ ਨੂੰ 60 ਘੰਟੇ ਤੋਂ ਵੱਧ ਸਮਾਂ ਬੀਤ ਗਿਆ, ਬਾਦਲ ਸਾਹਿਬ ਪਿੰਡ ਬਾਦਲ ਦੇ ਵਿੱਚ ਵੀ ਰਹੇ, ਬਾਦਲ ਸਾਹਿਬ ਉਹਦੇ ਤੋਂ ਬਾਅਦ ਦਿੱਲੀ ਵੀ ਚਲੇ ਗਿਆ, ਵੱਡੇ ਬਾਦਲ ਛੋਟੇ ਬਾਦਲ ਪਹਿਲੇ ਦਿੱਲੀ ਚਲੇ ਗਿਆ ਸੀ ਤੇ ਉਹਨਾਂ ਨੇ ਮਾਝੇ ਦੇ ਇਹਨਾਂ ਰੁੱਸੇ ਅਕਾਲੀ ਆਗੂਆਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਪੈਦਾ ਕਿਉਂ ਨੀ ਕੀਤਾ? ਲੋਕ ਤਾਂ ਕਹੀ ਜਾਂਦੇ ਆ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ ਸੰਪਰਕ ਕਰਨਾ ਹੀ ਨੀ, ਕਿ ਇਹਨਾਂ ਨੂੰ ਹੁਣ ਆਪਾਂ ਕਿੱਲੀ ਤੇ ਟੰਗਣਾ ਸਿਆਸੀ ਤੌਰ ਤੇ ਕਿਸੇ ਪਾਸੇ ਜੋ ਘੇਰੀ ਛੱਡਣਾ, ਤੇ ਜੇ ਆਪਾਂ ਬਾਗੀਆਂ ਨੂੰ ਕਹਿੰਦੇ ਹੁਣੇ ਦੱਬਣ ਦਾ ਯਤਨ ਨਾ ਕੀਤਾ ਤਾਂ ਫਿਰ ਪੰਜਾਬ ਭਰ ਦੇ ਵਿੱਚੋਂ ਏਦਾਂ ਦੀਆਂ ਸੁਰਾਂ ਉੱਠਣਗੀਆਂ ਜਿਹਨਾਂ ਸੁਰਾਂ ਨੂੰ ਫਿਰ ਹੌਲੀਆਂ ਕਰਨਾ, ਮੱਠੀਆਂ ਕਰਨਾ, ਘੱਟ ਕਰਨਾ ਕਹਿੰਦੇ ਆਪਣੇ ਵੱਸ ਦੀ ਗੱਲ ਨਹੀਂ ਹੋਈ ਜੀ। ਹੁਣ ਦਰਬਾਰ ਸਾਹਿਬ ਕਈ ਵਾਰੀ ਜਿਹੜੇ ਬਾਲਾ ਭਾਰ ਪਏ ਜੇ ਕਿੱਲੀ ਤੇ ਕਿੱਲੀ ਵੀ ਟੁੱਟ ਜਾਂਦੀ ਹੁੰਦੀ ਹੈ, ਇੱਥੇ ਮੈਨੂੰ ਲੱਗਦਾ ਕਿ ਕਿੱਲੀ ਤਾਂ ਟੁੱਟੀ ਹੋਈ ਪਈ ਆ ਬਸ। ਹਾਲੇ ਹੁਣ ਜੀਕੇ ਸਾਹਿਬ ਵੀ ਕਹੀ ਜਾਂਦੇ ਜੀ ਏਦਾਂ ਦੀ ਗੱਲ ਨਹੀਂ, ਢੀਂਡਸਾ ਸਾਹਿਬ ਵੀ ਕਹੀ ਜਾਂਦੇ ਪਾਰਟੀ ਚ ਰਹਿਣਗੀਆਂ, ਨਾਰਾਜ਼ਗੀਆਂ ਹੁੰਦੀਆਂ ਰਹਿੰਦੀਆਂ, ਪਰ ਕਿੱਲੀ ਦੇ ਉੱਤੇ ਭਾਰ ਜਿੰਨਾ ਕੁ ਪੈ ਸਕਦਾ ਉਨਾ ਕੁ ਪੈ ਚੁੱਕਿਆ। ਹੁਣ ਜਿਹੜੀ ਕਿੜਕੜ ਦੀ ਆਵਾਜ਼ ਆਉਂਦੀ ਹੁੰਦੀ ਕਿ ਭਾਈ ਕਿਸੇ ਵੀ ਵੇਲੇ ਠਾ ਹੋ ਜਾਣੀ, ਆਵਾਜ਼ ਆਉਣੀ ਜਿਹੜੀ ਉਹ ਸ਼ੁਰੂ ਹੋ ਗਈ ਹੈ। ਹੁਣ ਦੇਖੋ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਹੈ, ਮੈਨੂੰ ਲੱਗਦਾ ਕਿ ਕਿਸੇ ਵੀ ਵੇਲੇ ਐਲਾਨ ਕਰ ਦੇਣਗੇ ਕਿ ਅਸੀਂ ਮਾਝੇ ਦੇ ਫਲਾਨੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਅਕਾਲੀ ਦਲ ਦੀ ਸੂਬਾ ਪੱਧਰੀ ਰੈਲੀ ਕਰਨ ਜਾ ਰਹੇ ਹਾਂ। ਹੋ ਸਕਦਾ ਉਹਦੀਆਂ ਤਿਆਰੀਆਂ ਦੇ ਵਿੱਚ ਵੀ ਇਹਨਾਂ ਤਿੰਨ ਵੱਡੇ ਲੀਡਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸੱਦਾ ਨਾ ਦਿੱਤਾ ਜਾਵੇ, ਜੇ ਸੱਦਾ ਦਿੱਤਾ ਵੀ ਜਾਵੇ ਤਾਂ ਬਹੁਤਾ ਜ਼ਿਆਦਾ ਗੌਲਿਆ ਨਾ ਜਾਵੇ, ਅਣਗੌਲਿਆ ਕੀਤਾ ਜਾਵੇ, ਤੇ ਜੇ ਇਦਾਂ ਦੀ ਪ੍ਰਕਿਰਿਆ ਚੱਲੀ ਤਾਂ ਸੁਖਬੀਰ ਸਿੰਘ ਬਾਦਲ ਦਾ ਇੱਕੋ ਇੱਕ ਨਿਸ਼ਾਨਾ ਹੋਣਾ, ਟੀਚਾ ਹੋਣਾ ਕਿ ਇਹਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਇਹਨਾਂ ਤੋਂ ਬਿਨਾਂ ਇੰਨਾ ਕੇ ਇਕੱਠ ਕਰ ਦਈਏ, ਮਾਝੇ ਦੇ 90% ਵਰਕਰ ਤੇ 90% ਲੀਡਰ ਇਕੱਠੇ ਕਰ ਦਈਏ ਕਿ ਇਹਨਾਂ ਨੂੰ ਵੈਸੇ ਹੀ ਦੰਦਵਾ ਪੈਣ ਲੱਗ ਪੈਣ ਕਿ ਭਾਈ ਅਸੀਂ ਪਾਰਟੀ ਦੇ ਵਿੱਚ ਨੁਕਰੇ ਕਿਉਂ ਲੱਗ ਗਏ, ਸਾਡੇ ਪੱਲੇ ਹੁਣ ਰਿਹਾ ਕੁਝ ਵੀ ਕਿਉਂ ਨੀ। ਚਲੋ
ਇਹ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪਾਲਿਸੀ ਹੋ ਸਕਦੀ ਹੈ, ਕਿਉਂਕਿ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਬਾਬਤ ਵੀ ਮੁੜ ਕੇ ਕਦੇ ਬਿਆਨ ਨਹੀਂ ਦਿੱਤਾ, ਉਹਨਾਂ ਨੇ ਮਨਜੀਤ ਸਿੰਘ ਜੀਕੇ ਦੇ ਬਾਬਤ ਵੀ ਕੋਈ ਬਿਆਨ ਨਹੀਂ ਸੀ ਦਿੱਤਾ। ਉਹ ਤਾਂ ਸਿੱਧੇ ਤੌਰ ਤੇ ਆਪਣੇ ਢੰਗ ਨਾਲ ਅੱਗੇ ਚੱਲਦੇ ਆ, ਜੇ ਇਸ ਢੰਗ ਦੇ ਨਾਲ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਆਪਣੀ ਰਾਜਨੀਤੀ ਜਿਹੜੀ ਆ ਉੱਪਰ ਨੂੰ ਲਿਜਾਣ ਦਾ ਯਤਨ ਕੀਤਾ ਸੀ, ਤੇ ਹੁਣ ਵੇਖਦੇ ਹਾਂ ਕਿ ਜੇ ਮਾਝੇ ਦੇ ਵਿੱਚ ਇਹਨਾਂ ਨੇ ਰੈਲੀ ਕਰਨ ਦਾ ਐਲਾਨ ਪਹਿਲਾਂ ਕਰ ਦਿੱਤਾ, ਰੁੱਸੇ ਹੋਏ ਲੀਡਰਾਂ ਦੇ ਨਾਲ ਗੱਲਬਾਤ ਬਾਅਦ ਵਿੱਚ ਕਰਨ ਗਈ, ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਜਿਹੜੇ ਰੁੱਸੇ ਹੋਏ ਲੀਡਰ ਨੇ ਉਹ ਬਹੁਤ ਵੱਡਾ ਧਮਾਕਾ ਕਰ ਸਕਦੇ। ਮਸਲਾ ਇਹ ਨਹੀਂ ਕਿ ਉਹਨਾਂ ਦੇ ਜਾਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪੱਟਿਆ ਜਾਊ, ਕੋਈ ਪੱਟਿਆ ਨਹੀਂ ਜਾਣਾ, ਮਾੜਾ ਮੋਟਾ ਫਰਕ ਆਪੋ ਆਪਣੀ ਸੀਟ ਤੇ ਉਹ ਪਾਉਣਗੇ, ਪਰ ਜਿਹੜੇ ਉਹਨਾਂ ਨੇ ਖੁਲਾਸੇ ਕਰ ਦੇਣੇ ਆ, ਜਿਹੜੀਆਂ ਉਹਨਾਂ ਨੇ ਜਾਂਦਿਆਂ ਜਾਂਦਿਆਂ ਫਿਰ ਗੱਲਾਂ ਬਾਤਾਂ ਕਰ ਦੇਣੀਆਂ, ਉਹਨਾਂ ਗੱਲਾਂ ਬਾਤਾਂ ਦੇ ਕਰਕੇ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਸਿਖਰਲੀ ਲੀਡਰਸ਼ਿਪ ਹੈ ਉਸ ਲੀਡਰਸ਼ਿਪ ਨੂੰ ਕੁਝ ਹੱਦ ਤੱਕ ਨੁਕਸਾਨ ਜਿਹੜਾ ਚੁੱਕਣਾ ਪਵੇ। ਬਾਕੀ ਇਸ ਵੇਲੇ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਬਿਲਕੁਲ ਵੀ ਇਧਰਲੇ ਪਾਸੇ ਰੁਚੀ ਨਹੀਂ ਰੱਖਦੇ ਕਿ ਭਾਈ ਆ ਜਿਹੜੇ ਬੰਦੇ ਬਾਗੀ ਹੋ ਰਹੇ ਆ ਆਪਾਂ ਉਹਨਾਂ ਨੂੰ ਮਨਾਈਏ ਜਾਂ ਕੋਈ ਮਿੰਨਤ ਤਰਲਾ ਕਰੀਏ ਜਾਂ ਕੋਈ ਆਪਾਂ ਉਹਨਾਂ ਨੂੰ ਅਹੁਦਾ ਦਈਏ, ਉਹ ਹੁਣ ਸਿੱਧੇ ਤੌਰ ਦੇ ਉੱਤੇ ਆਰ ਜਾਂ ਪਾਰ ਦੀ ਲੜਾਈ ਜਿਹੜੀ ਹੈ ਉਹ ਲੜਨ ਦੇ ਰੌ ਚ ਨੇ ਜੀ। ਕਿਸਾਨਾਂ ਨੂੰ ਸਰਕਾਰ ਨੇ ਇੱਕ ਝਟਕਾ ਦਿੱਤਾ ਜੀ। ਸੁਖਨਾਥ ਜੀ, ਕਿਸਾਨ ਤਾਂ ਵੈਸੇ ਹੀ ਝਟਕਾ ਦਰ ਝਟਕਾ ਖਾਈ ਜਾਂਦੇ ਆ ਜੀ। ਹੁਣ ਨਰਮਾ ਤੇ ਝੋਨਾ ਬੜੀਆਂ ਉਮੀਦਾਂ ਸੀ, ਮੀਂਹ ਪੈ ਗਿਆ ਸੀ 10 ਦਿਨ ਪਹਿਲਾਂ, ਉਹਦੇ ਕਰਕੇ ਵੀ ਨੁਕਸਾਨ ਹੋਇਆ। ਹੁਣ ਫੇਰ ਮੌਸਮ ਠੰਡਾ ਠੰਡਾ ਜਿਹਾ ਹੋਈ ਜਾਂਦਾ ਤੇ ਮੌਸਮ ਵਿਭਾਗ ਵਾਲੇ ਆਖੀ ਜਾਂਦੇ ਆ ਕਿ 2 ਕੁ ਦਿਨਾਂ ਤੱਕ ਹੋ ਸਕਦਾ ਕਿ ਪੰਜਾਬ ਚ ਛਿੱਟ ਥੋੜਾ ਜਿਹਾ ਫੇਰ ਹੋਵੇ, ਤੇ ਜੇ ਜਦੋਂ ਝੋਨਾ ਮੰਡੀਆਂ ਚ ਵੀ ਪਿਆ ਤੇ ਪੱਕਿਆ ਹੋਇਆ ਝੋਨਾ ਖੇਤਾਂ ਚ ਵੀ ਅਜੇ ਵੱਢਣ ਵਾਲਾ ਪਿਆ ਤੇ ਵੱਢੇ ਹੋਏ ਝੋਨੇ ਨੂੰ ਟਰਾਲੀ ਦੇ ਵਿੱਚ ਵੀ ਕਿਸਾਨ ਪਾ ਕੇ ਤੁਰੇ ਫਿਰਦੇ ਆ, ਐਨ ਉਸ ਮੌਕੇ ਦੇ ਉੱਤੇ ਜੇ ਹੁਣ ਮੀਂਹ ਆ ਗਿਆ ਤਾਂ ਕਿਸਾਨ ਦਾ ਸਿੱਧੇ ਤੌਰ ਤੇ ਨੁਕਸਾਨ ਹੈ, ਕਿਸਾਨ ਦੀ ਸਿੱਧੇ ਤੌਰ ਦੇ ਉੱਤੇ ਜਿਹੜੀ ਉਹ ਖੱਜਲ ਖਰਾਬੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਹਾਲਾਤ ਦੇਖੋ ਕੀ ਹੋਏ ਨੇ, ਇੱਕ ਪਾਸੇ ਕਿਸਾਨ ਦਾ ਆਲੂ ਰੁਲਿਆ, ਦੂਜੇ ਪਾਸੇ ਕਿਸਾਨ ਨੂੰ ਆਪਣੀ ਸਬਜ਼ੀ ਚੋਂ ਬਹੁਤੇ ਪੈਸੇ ਨਹੀਂ ਬਚੇ, ਤੀਜੇ ਪਾਸੇ 500 ਕਰੋੜ ਤੋਂ ਵੱਧ ਰੁਪਈਆ ਗੰਨਾ ਮਿੱਲਾਂ ਨੇ ਅਜੇ ਪਿਛਲੇ ਵਰੇ ਦਾ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਨਹੀਂ, ਤੇ ਚੌਥੇ ਪਾਸੇ ਹੁਣ ਝੋਨੇ ਦਾ ਤੇ ਨਾਲ ਦੀ ਨਾਲ ਉਧਰਲੇ ਪਾਸੇ ਨਰਮੇ ਦਾ ਜਿੱਦਾਂ ਦਾ ਹਾਲ ਹੋਇਆ ਉਹਦੇ ਕਰਕੇ ਜਿਹੜੇ 4 ਪੈਸੇ ਵੱਟੇ ਜਾਣ ਦੀਆਂ ਉਮੀਦਾਂ ਸੀ ਉਹ ਢਹਿ ਢੇਰੀ ਹੋ ਚੁੱਕੀਆਂ, ਪਰ ਅਚਾਨਕ ਸਰਕਾਰ ਨੇ ਖੋਰ ਝਟਕਾ ਦਿੱਤਾ। ਉਮੀਦ ਇਹ ਕਰਦੇ ਸੀ ਲੋਕ ਤੇ ਭਾਈ ਕਿਸਾਨੀ ਮੁੱਦਿਆਂ ਦੇ ਉੱਤੇ ਸਰਕਾਰਾਂ ਹੁਣ ਬੜੀਆਂ ਨਰਮ ਹੋਈਆਂ ਕਿਉਂਕਿ ਲੋਕ ਸਭਾ ਦੀ ਚੋਣ ਆਉਣ ਵਾਲੀ ਹੈ, ਪਰ ਇਧਰਲੇ ਪਾਸੇ ਗੱਲ ਕੁਝ ਹੋਰ ਹੋ ਗਈ। ਹੁਣ DAP ਖਾਦ ਜਿਹੜੀ ਹੈ ਉਹਦੀ ਕੀਮਤ ਦੇ ਵਿੱਚ ਸੁਖਨੈਪ ਜੀ 140 ਰੁਪਏ ਪ੍ਰਤੀ ਥੈਲਾ ਜਾਣੀ ਕਿ ਪੂਰਾ ਵਾਧਾ ਕਰ ਦਿੱਤਾ ਗਿਆ, ਤੇ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ 225 ਕਰੋੜ ਰੁਪਈਆ ਸਾਲ ਦਾ ਜਿਹੜਾ ਉਹ ਵੱਧ ਖਰਚਣਾ ਪਏਗਾ। ਹੁਣ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਵਿਭਾਗ ਦੇ ਡਾਇਰੈਕਟਰ ਨੇ ਉਹਨਾਂ ਚਿੱਠੀ ਲਿਖ ਦਿੱਤੀ ਸਾਰੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਕਿ ਭਾਈ 50 ਕਿਲੋ ਦਾ ਜਿਹੜਾ DAP ਖਾਦ ਦਾ ਥੈਲਾ ਨਾ 1250 ਦਾ ਸੀ ਹੁਣ 1390 ਦਾ ਕਰਦੇ 140 ਰੁਪਈਏ ਪ੍ਰਤੀ ਬੋਰਾ ਕੀਮਤ ਵੱਧ ਗਈ। ਉਹਦਾ ਕਾਰਨ ਕੀ ਦੱਸਿਆ, ਉਹ ਕਹਿੰਦੇ ਜੀ ਦੇਖੋ DAP ਖਾਦ ਅਸੀਂ ਵਿਦੇਸ਼ਾਂ ਤੋਂ ਮੰਗਾਉਂਦੇ ਹਾਂ ਬਹੁਤਾ ਕਰਕੇ, ਇਸ ਕਰਕੇ ਜਿੰਦਾ ਡਾਲਰ ਦੇ ਮੁਕਾਬਲੇ ਰੁਪਈਆ ਡਾਊਨ ਹੋਇਆ, ਉਹਦੇ ਤੋਂ ਬਾਅਦ ਇਹ ਕੀਮਤਾਂ ਜਿਹੜੀਆਂ ਵਧੀਆਂ ਨੇ ਤੇ ਉਹਨਾਂ ਵਧੀਆਂ ਹੋਈਆਂ ਕੀਮਤਾਂ ਦੇ ਮੁਤਾਬਕ ਹੀ ਹੁਣ ਜਿਹੜਾ ਕਿਸਾਨਾਂ ਤੋਂ ਪੈਸਾ ਵਸੂਲਣਾ ਪਏਗਾ। ਫਸਲਾਂ ਦੇਖੋ ਜਿੰਨੀਆਂ ਮਰਜ਼ੀ ਨੇ, ਕਣਕ ਹੈ, ਆਲੂ ਹੈ, ਗੰਨਾ, ਬਹੁਤੀਆਂ ਫਸਲਾਂ ਬੀਜਣ ਲੱਗੀਆਂ DAP ਖਾਦ ਪਾਉਣਾ ਪੈਂਦਾ, ਨਹੀਂ ਤਾਂ ਉਨੀ ਗਰੋਥ ਜਿਹੜੀ ਹੈ ਉਹ ਫਸਲ ਦੀ ਹੁੰਦੀ ਨਹੀਂ, ਆਮ ਮੰਨਿਆ ਜਾਂਦਾ। ਹੁਣ ਪੰਜਾਬ ਦੇ ਵਿੱਚ ਐਵਰੇਜ ਜਿਹੜੀ ਕੱਢੀ ਗਈ ਕਿ ਤਕਰੀਬਨ 8 ਲੱਖ ਟਨ DAP ਖਾਦ ਦੀ ਵਰਤੋਂ ਹੁੰਦੀ ਹੈ ਜੀ। ਜੇ 140 ਰੁਪਈਏ ਪ੍ਰਤੀ ਥੈਲਾ ਉਹਦੀ ਕੀਮਤ ਵਧਾਤੀ ਤਾਂ 224 ਕਰੋੜ ਰੁਪਈਆ ਘੱਟੋ ਘੱਟ ਪੰਜਾਬ ਦੇ ਕਿਸਾਨ ਦੀ ਜੇਬ ਵਿੱਚੋਂ ਫਾਲਤੂ ਜਾਊ ਜੀ, ਤੇ 224 ਕਰੋੜ ਰੁਪਈਆ ਪੰਜਾਬ ਦੇ ਕਿਸਾਨ ਦੇ ਕੋਲ ਹੁੰਦਾ ਜੀ। ਇੰਨੇ ਪੈਸੇ ਜਿਹੜੇ ਆ ਉਹ ਕਿਸਾਨ ਕਿੱਥੋਂ ਕੱਢ ਕੇ ਲਿਆਊ, ਸੇਵਿੰਗ ਤਾਂ ਅੱਗੇ ਆ ਨੀ, ਆੜਤੀਆਂ ਦੇ ਅੱਗੇ ਪੱਲੇ ਪਹਿਲਾਂ ਅੜਦਾ ਸੀ ਤੇ ਆੜਤੀਆਂ ਦੇ ਅੱਗੇ ਪੱਲੇ ਜਿਹੜੇ ਥੋੜੇ ਜਿਹਾ ਹੋਰ ਅੱਡਣੇ ਸ਼ੁਰੂ ਕਰ ਦੂ, ਪਰ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਇਹ ਉਹ ਸਮਾਂ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਦੀ ਸਰਕਾਰ ਨੂੰ ਡੰਡਾ ਵਿਖਾਇਆ, ਸਰਕਾਰ ਅੱਗੋਂ ਕਿਸਾਨਾਂ ਨੂੰ ਡੰਡਾ ਵਿਖਾਈ ਜਾਂਦੀ ਹੈ ਕਿ ਭਾਈ ਕਿਤੇ ਅੱਗ ਨਾ ਲਾ ਦਿਓ, ਜੁਰਮਾਨਾ ਕਰਾਂਗੇ ਜੇ ਪਰਾਲੀ ਨੂੰ ਅੱਗ ਲਾਈ, ਤੇ ਜੇ ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ 'ਚ ਵੰਡ ਕੇ ਵੱਧ ਸਮੇਂ ਉਹਨੂੰ ਖੇਤ ਨੂੰ ਵਾਹ ਕੇ ਕਣਕ ਦੇ ਲਈ ਤਿਆਰ ਕਰਨਾ ਹੈ, ਤਾਂ ਉਹਦੇ ਲਈ ਵੀ 2000 ਰੁਪਈਆ ਘੱਟੋ ਘੱਟ 25 ਏਕੜ ਦਾ ਖਰਚਾ ਜਿਹੜਾ ਆ ਰਿਹਾ। ਉਧਰਲੇ ਪਾਸੇ DAP ਖਾਦ ਚੜ ਗਈ, ਇਧਰਲੇ ਪਾਸੇ 2-2.5 ਹਜ਼ਾਰ ਰੁਪਈਆ ਖੇਤ ਦਾ ਪਰਾਲੀ ਨੂੰ ਬਿੱਲੇ ਲਾਉਣ ਤਾਂ ਲੱਗ ਗਿਆ। ਇਹਦਾ ਮਤਲਬ ਹੈ ਕਿ ਜਿਹੜੇ ਕਿਸਾਨ ਦੇ ਕੋਲ 4 ਕੁ ਖੇਤ ਹੈਗੇ ਆ ਉਹ ਤਾਂ 15-16 ਹਜ਼ਾਰ ਰੁਪਈਏ ਦੇ ਘਾਟੇ ਚਲੇ ਗਿਆ। ਵੇਖਦੇ ਹੈ ਕਿ ਪੰਜਾਬ ਦਾ ਕਿਸਾਨ
डीएपी खाद के बधे हुए रेटों तो बाद अपने आप नूं वित्ती तौर पर संभालण दे विच कामयाब जिहड़ा उह किन्ना हुंदा है जी। वटसा आह जिहड़ा एक पंजाब सरकार ने स्कूलों के वास्ते एक होर तैयारी खिंचती है जी, ये की कर रहे हैं? तो सही ने सुखनैब जी, हुण तां बस वेखी जाओ की हुंदा अगे अगे। आपां पिछले दिनां विच इक जिक्र किया कि हौली हौली प्राइमरी स्कूल बंद किए जा रहे हैं, आधार कारण लॉजिक इको के विद्यार्थी घट ने। आपां ये भी जिक्र रेडियो चनप्रदेशी के सोतियां नाल किया कि जिहड़े हालात पंजाब के प्राइमरी स्कूलों के किए हैं ना, उही मिडल स्कूलों के भी कर लगे जिथे छेवीं सत्तवीं अठवीं जमात होंगी है कि बच्चे घट ने। अध्यापक तुसीं पूरे नहीं जाने, बच्चों ने उत्थे आण के हुण कां थोड़ी गिणने कि भाई किन्ने कां जिहड़े ग्राउंड दे विच तुरे फिरदे आ। तीसरे पासे अध्यापक इन्हां ने कोई कालजां दे विच भी नहीं दिता, विद्यार्थी उत्थे भी घटी जांदे, कल नूं कालज भी बंद करने। पर हुण पंजाब दी सरकार कैप्टन अमरिंदर सिंह होरां दी अगवाई वाली ओपी सोनी साहब सिक्ख्या मंत्री ने उन्हां ने एक नवा फैसला कर लिया, ते उस फैसले ने इस गल दे उत्ते स्टैंप लाती, मोहर लाती है कि पंजाब सरकार सिक्ख्या खेत्र दे विचों हथ बड़ी तेज गति दे नाल कढ़दी जा रही है। हुण पंजाब दे सारे जिलों के सिक्ख्या अफसरां नूं कहता कि घट्टो घट चार चार स्कूलों दीआं लिस्टां बना के दिओ, जिन्हां स्कूलों नूं बिल्डिंग दी जां होर सहूलतां दी लोड़ है असीं एनजीओज नूं उह स्कूल सौंप देणे है। एनजीओ जिहड़ियां ने गैर सरकारी जथेबंदियां उन्हां स्कूलों नूं आप डिवेलप करनगियां। चलो नाल एक शर्त लिख दित्ती जी, शर्त लिख दित्ती कि स्कूल का प्रबंध सिक्ख्या विभाग को रहना, पर उन्हां स्कूलों दीआं लिस्टां भेजिओ जिहड़े स्कूल सीधे तौर दे उत्ते इस वेले जमीन अपने नाम लगवा चुके हैं कि जिन्हां दी जमीन हैगी है उदां नहीं। हुण इहदा मतलब की होया कि भाई स्कूल कितें ना कितें चलदा ही होएगा, एनजीओ जिथे स्कूल चलता उत्थे जाके सुधार कर दे जिहड़ा करना, सिर्फ जमीन वाले स्कूल ही क्यों? इहदा मतलब है कि लीज लूज दे उत्ते देण दी गल चलदी होएगी। हुण पंजाब स्कूल एजुकेशन बोर्ड ने भाई अगले तां अधिकारी ने अधिकारियों ने ना पहुंचा देने हैं, 88 स्कूल ने जी पहले फेज जिन्हां नूं गैर सरकारी संस्थावां नूं भेंट कर देना कि भाई तुसीं इत्थे सारा कुछ करना, करता धरता तुसीं होवोगे, इन्ने क बच्चे ने स्कूल। चलो गल अगे नूं तुर पई, जदों गल अगे नूं तुरी तां हुण मोटे रूप दे विच अध्यापक जथेबंदियां कहिंदियां कि पंजाब सरकार दा सिक्ख्या जगत दे लई बहुत माड़ू फैसला जी। माड़ू फैसला इस करके क्योंकि अज 88 स्कूल ने इन्हां स्कूलों के रिजल्ट कहिंदे देखो किन्ने वधिया करदे ने, इन्हां स्कूलों के उत्ते पूरा जोर ला देना तां जो भड़क नूं पंजाब दे लोकां दे सामने इदां दा एक दृश्य सिरज दित्ता जावे कि आ वेखो जी जिहड़े स्कूल असीं एनजीओ नूं दित्ते सी उन्हां स्कूलों के नतीजे वेखो, उन्हां स्कूलों के विद्यार्थी फातेदार ढंग नाल अंग्रेजी ते पंजाबी भाषा बोलदे वेखो जी। हुण उहदे आधार दे उत्ते फिर अगली बारी 188 स्कूल होणगे, फिर 288 होणगे। इहदा मतलब है कि बहुत पड़ावार बड़े गुप्त तरीके दे नाल पंजाब दी सिक्ख्या नूं सरकारी हत्थां दे विचों कढ के हौली हौली निजी हत्थां दे विच जिहड़ा उह सौंपण दा कामकार शुरू कर दित्ता गया। पर सुखनैब जी सब तों वड्डी गल, साडियां सरकारां की कहिंदियां जी बिल्डिंग है नहीं बिल्डिंग बना देणगे, ब्लैकबोर्ड है नहीं ब्लैकबोर्ड लिया देणगे, चौक डस्टर है नहीं वह भी लिया देणगे, एनजीओ नूं तां देण जा रहे। पर उह सरकार कदी जिहड़ी सरकार अपने सूबे दे नागरिकां नूं चंगी सेहत सहूलत ते चंगी सिक्ख्या ही अपने दम ते ना दे सके। तो जे असीं सिक्ख्या वर्गा मसला, सेहत वर्गा मसला गैर सरकारी संस्थावां दे हवाले कर देना ते फिर भाई देश की आजादी का कोई बहुता मतलब कर रहा नहीं जाना। वड्डियां वड्डियां जिहड़ियां असीं डींगा मारदे हां दूसरियां दे कोले जाके असीं आह वी कर दिता उह वी कर दिता, उह डींगा मारन दा फिर सानूं हक कोई नहीं होएगा। पर जिस तरीके दे नाल इन्हां 88 स्कूलां नूं बिल्कुल वक्खरे ढंग दे नाल जिहड़ा निजी हत्थां दे विच सौंपण की तैयारी की जा रही है वह अपने आप दे विच काफी ज्यादा परेशान करने वाली है। अज जे लोग ना उठे तो भड़क नूं फिर सारा ही पंजाब इन्हां दे माया जाल दे हथ होएगा। ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਗੱਲਬਾਤ ਦਾ ਦੌਰ ਪਰਮਵੀਰ ਸਿੰਘ ਬਾਠ ਹੋਰਾਂ ਦੇ ਨਾਲ ਸਿੱਧੂ ਲਾਈਵ ਸ਼ੋਅ ਰੇਡੀਓ ਚੰਨ ਪ੍ਰਦੇਸ਼ ਤੋਂ ਤੁਸੀਂ ਸੁਣ ਰਹੇ ਹੋ। ਵਟਸਐਪ ਕਾਂਗਰਸ ਦੇ ਵਿਚ ਮਨਪ੍ਰੀਤ ਬਾਦਲ ਹੋਰਾਂ ਦੀ ਪੁੱਛ ਪੜਤਾਲ ਵੱਧ ਗਈ ਹੈ। ਸੁਖਨੈਬ ਜੀ ਦੋ ਲੀਡਰ ਪੰਜਾਬ ਕਾਂਗਰਸ ਦੇ ਵਿਚ
ਨਵੇਂ ਆਏ ਸੀ ਤੇ ਆਉਂਦਿਆਂ ਨੇ ਤਰੱਕੀਆਂ ਕੀਤੀਆਂ, ਇੱਕ ਮਨਪ੍ਰੀਤ ਬਾਦਲ ਤੇ ਦੂਜੇ ਨਵਜੋਤ ਸਿੰਘ ਸਿੱਧੂ, ਦੋਵੇਂ ਆ ਕੇ ਕਾਂਗਰਸ ਦੀ ਟਿਕਟ ਤੇ MLA ਬਣੇ, ਕੈਬਨਿਟ ਮੰਤਰੀ ਬਣੇ, ਰਾਹੁਲ ਗਾਂਧੀ ਹੁਰਾਂ ਦੇ ਨਾਲ ਸਿਆਸੀ ਤੌਰ ਤੇ ਇਹਨਾਂ ਦਾ ਬਹੁਤ। ਹੁਣ ਰਾਹੁਲ ਗਾਂਧੀ ਦੀਆਂ ਨਜ਼ਰਾਂ ਇੱਕੋ ਕੁਰਸੀ ਤੇ ਟਿੱਕੀਆਂ ਜਿਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਕਹਿੰਦੇ ਆ ਜੀ, ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੇ ਲਈ ਉਹਨਾਂ ਨੂੰ ਆਪਣੇ ਕੁਝ ਵਿਸ਼ਵਾਸ ਪਾਤਰ ਸਿਆਸੀ ਸਾਥੀਆਂ ਦੀ ਲੋੜ ਹੈ ਜਿਹੜੇ ਹਰ ਤਰੀਕੇ ਦੇ ਨਾਲ ਉਹਨਾਂ ਦਾ ਸਾਥ ਦੇਣ, ਦਿਮਾਗ ਵੀ ਵਰਤਣ। ਹੁਣ ਦਿਮਾਗ ਵੀ ਵਰਤੇ ਜਾ ਰਿਹਾ, ਸਭ ਕੁਝ ਵਰਤਿਆ ਜਾ ਰਿਹਾ ਤੇ ਲੋਕ ਸਭਾ ਦੀ ਚੋਣ ਜਿੱਤਣਗੇ ਤਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ। ਚੋਣ ਜਿੱਤਣ ਦੇ ਲਈ ਵੋਟਾਂ ਲੈਣੀਆਂ ਪੈਣੀਆਂ, ਵੋਟਾਂ ਲੈਣ ਦੇ ਲਈ ਵਾਅਦੇ ਕਰਨੇ ਪੈਣੇ ਤੇ ਵਾਅਦੇ ਲਿਖਤੀ ਰੂਪ ਦੇ ਵਿੱਚ ਦੇਣ ਦੇ ਲਈ ਇਲੈਕਸ਼ਨ ਮੈਨੀਫੈਸਟੋ ਤਿਆਰ ਕਰਨਾ ਪਊ ਜੀ। ਤੇ ਇਲੈਕਸ਼ਨ ਮੈਨੀਫੈਸਟੋ ਤਿਆਰ ਕਰਨ ਦੇ ਲਈ ਜਿੱਥੇ ਹੋਰ ਵੀ ਕਈ ਵਿਅਕਤੀਆਂ ਦੀ, ਲੀਡਰਾਂ ਦੀ ਡਿਊਟੀ ਲੱਗੀ ਹੈ, ਨਾਲ ਡਿਊਟੀ ਲਾਈ ਮਨਪ੍ਰੀਤ ਸਿੰਘ ਬਾਦਲ ਦੀ ਜੀ। ਹੁਣ ਮਨਪ੍ਰੀਤ ਬਾਦਲ ਹੋਰਾਂ ਦੇ ਉੱਤੇ ਯਕੀਨ ਰਾਹੁਲ ਗਾਂਧੀ ਕਿੰਨਾ ਕਰਦੇ ਆ ਇਹਦਾ ਪਤਾ ਇੱਥੋਂ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ। ਉਸ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਉਹਦੇ ਵਿੱਚ ਸਾਬਕਾ ਫੌਜੀਆਂ ਦੇ ਖੇਤੀਬਾੜੀ ਨਾਲ ਸੰਬੰਧਿਤ ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹਨਾਂ ਨਾਲ ਸੰਬੰਧਿਤ ਬਹੁਤ ਸਾਰੇ ਮਸਲੇ ਜਿਹੜੇ ਉਹ ਵਿਚਾਰੇ ਗਏ। ਉਹਦੇ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਉਹ ਗਏ, ਚੇਨਈ ਪਹੁੰਚੇ ਹੋਏ ਨੇ। ਚੇਨਈ ਦੇ ਵਿੱਚ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰ, ਕੋਈ ਸੂਬਾ ਕਾਂਗਰਸ ਦਾ ਪ੍ਰਧਾਨ, ਕੋਈ ਕੁਝ, ਉਹ ਵੀ ਆਸ ਪਾਸ ਬੈਠੇ। ਉੱਥੇ ਵੀ ਸਮਾਜ ਦੇ ਵੱਖ ਵੱਖ ਵਰਗਾਂ ਦੇ ਜਿਹੜੇ ਪ੍ਰਤੀਨਿਧ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕੀਤੀਆਂ। ਮਸਲਾ ਇੱਥੋਂ ਤੱਕ ਹੀ ਸੀਮਤ ਨਹੀਂ, ਹੁਣ ਮਨਪ੍ਰੀਤ ਸਿੰਘ ਬਾਦਲ ਹੋਰੀ ਅੱਜ ਤੇਲੰਗਾਨਾ ਦੇ ਸ਼ਹਿਰ ਹੈਦਰਾਬਾਦ ਗਏ, ਉੱਥੇ ਮੀਟਿੰਗਾਂ ਕੀਤੀਆਂ। ਭਲਕੇ ਉਹਨਾਂ ਨੇ ਮਹਾਰਾਸ਼ਟਰ ਦੇ ਪੂਨੇ ਜਾਣਾ ਹੈ, ਉੱਥੇ ਮੀਟਿੰਗਾਂ ਕਰਨੀਆਂ। 12 ਤਰੀਕ ਨੂੰ ਕਰਨਾਟਕ ਦੇ ਬੰਗਲੌਰ ਜਾਣਾ ਹੈ, ਉੱਥੇ ਵੀ ਮੀਟਿੰਗਾਂ ਜਿਹੜੀਆਂ ਉਹ ਕਰਨਗੇ। ਖੇਤੀਬਾੜੀ ਦੇ ਨਾਲ ਸੰਬੰਧਿਤ, ਉਦਯੋਗਾਂ ਦੇ ਨਾਲ ਸੰਬੰਧਿਤ, ਮਜ਼ਦੂਰਾਂ ਦੇ ਨਾਲ ਸੰਬੰਧਿਤ ਮਸਲੇ ਕੀ ਨੇ ਉਸੇ ਵੇਲੇ ਉਹਨਾਂ ਨੂੰ ਸ਼ਬਦਾਂ ਦਾ ਰੂਪ ਦੇਈ ਜਾਂਦੇ ਆ ਤਾਂ ਜੋ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਦੇ ਨਾਲ ਸੰਬੰਧਿਤ ਜਿਹੜੇ ਇੰਪੋਰਟੈਂਟ ਵਾਅਦੇ ਨੇ, ਪ੍ਰੋਮਿਸਿਸ ਨੇ, ਉਹ ਕੀਤੇ ਜਾ ਸਕਣ। ਹੁਣ ਜਦੋਂ ਮਨਪ੍ਰੀਤ ਬਾਦਲ ਨੂੰ ਉਹ ਦੱਖਣੀ ਭਾਰਤ ਤੱਕ ਵੀ ਜਾਣ ਦਾ ਰਾਹੁਲ ਗਾਂਧੀ ਹੋਰਾਂ ਨੇ ਮੌਕਾ ਦਿੱਤਾ, ਇਹਦਾ ਮਤਲਬ ਹੈ ਕਿ ਭਾਈ ਉਹ ਯਕੀਨ ਤਾਂ ਕਰਦੇ ਨੇ। ਤੇ ਜੇ ਮਨਪ੍ਰੀਤ ਬਾਦਲ ਦੀਆਂ ਦਿੱਤੀਆਂ ਗਈਆਂ ਸਲਾਹਾਂ ਦੇ ਮੁਤਾਬਿਕ ਕੁਝ ਹੱਦ ਤੱਕ ਮੈਨੀਫੈਸਟੋ ਤਿਆਰ ਕੀਤਾ ਗਿਆ, ਉਸ ਮੈਨੀਫੈਸਟੋ ਨੂੰ ਤਿਆਰ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਜੇ ਅਚਾਨਕ ਕੁਝ ਹੱਦ ਤੱਕ ਫਾਇਦਾ ਹੋ ਗਿਆ ਤੇ ਉਹਦੇ ਨਾਲ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਉਹ ਸਿਆਸੀ ਤੌਰ ਤੇ ਤਾਕਤ ਹੈ ਪੰਜਾਬ ਕਾਂਗਰਸ ਦੇ ਵਿੱਚ ਵੀ ਤੇ ਦੂਜੇ ਪਾਸੇ ਹਾਈਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਉਹ ਵਧਜੂ। ਹੁਣ ਵੇਖਦੇ ਹਾਂ ਕਿ ਜਦੋਂ ਕਾਂਗਰਸ ਪਾਰਟੀ ਦੀ ਪ੍ਰਚਾਰ ਦੀ ਮੁਹਿੰਮ ਸ਼ੁਰੂ ਹੋਣੀ ਹੈ ਉਦੋਂ ਮਨਪ੍ਰੀਤ ਬਾਦਲ, ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਲੀਡਰ ਨੂੰ ਪੰਜਾਬ ਦੀਆਂ ਬਰੂਹਾਂ ਟੱਪ ਕੇ ਬਾਕੀ ਥਾਵਾਂ ਦੇ ਉੱਤੇ ਪ੍ਰਚਾਰ ਕਰਨ ਦਾ ਮੌਕਾ ਮਿਲੇਗਾ ਜੀ। ਬਰ ਸਾਹਿਬ ਅਗਲੀ ਗੱਲ ਜਿਹੜੀ ਬਠਿੰਡੇ ਦੀ ਹੋਈ ਹੈ, ਵੀ ਮਨਪ੍ਰੀਤ ਬਾਦਲ ਵੀ ਬਠਿੰਡੇ ਦੇ ਵਿੱਤ ਮੰਤਰੀ ਹੈ ਜੀ, ਵਿਧਾਇਕ ਨੇ ਤੇ ਵਿੱਤ ਮੰਤਰੀ ਦਾ ਪੰਜਾਬ ਦੇ, ਸੋਰੀ ਉਹ ਐਂ ਲੱਗਦਾ ਜਿਵੇਂ ਬਠਿੰਡੇ ਚ ਵਿੱਤ ਚੱਲ ਰਿਹਾ ਹੁੰਦਾ। ਤੇ ਦੂਸਰੇ ਪਾਸੇ ਵਿੱਤੋਂ ਬਾਰੀ ਗੱਲ ਇਹ ਹੈ ਕਿ ਬਠਿੰਡੇ ਦੇ ਵਿੱਚ ਜਿਹੜਾ ਕੂੜਾ ਡੰਪ ਬਣਨਾ ਸੀ ਉਹਦਾ ਸਕੈਂਡਲ ਬਣ ਗਿਆ ਜੀ। ਹੁਣ ਸੁਖਨਾਥ ਜੀ ਇਹ ਵੈਸੇ ਗੱਲ ਜਿਹੜੀ ਤੁਸੀਂ ਵੈਸੇ ਕਹਿਤਾ ਐਵੇਂ ਦਿੱਤੀ ਕਿ ਭਾਈ ਉਹ ਬਠਿੰਡੇ ਦੇ ਵਿੱਤ ਮੰਤਰੀ ਨੇ, ਪਰ ਹੁੰਦੇ ਤਾਂ ਏਦਾਂ ਹੀ ਹੈ ਜੀ। ਇੱਕ ਵਾਰੀ ਕੇਵਲ ਕ੍ਰਿਸ਼ਨ ਹੋਰੀ ਮੁਕੇਰੀਆਂ ਤੋਂ MLA ਬਣੇ, ਕਾਂਗਰਸ ਪਾਰਟੀ ਦੇ ਲੀਡਰ ਸੀ, ਅੱਜ ਕੱਲ ਰਜਨੀਸ਼ ਬੱਬੀ ਉਹਨਾਂ ਦਾ ਬੇਟਾ MLA ਆ, ਉਹ ਜਦੋਂ ਇੱਕ ਵਾਰੀ ਖਜ਼ਾਨਾ ਮੰਤਰੀ ਬਣ ਗਿਆ ਤਾਂ ਉਹ ਜਿਹੜੀ ਗੱਡੀ ਆਇਆ ਕਰਨੀ ਖਜ਼ਾਨੇ ਜੀ, ਉਹਨਾਂ ਨੇ ਆਪਣੇ ਹਲਕੇ ਚ ਲਾ ਦਿਆ ਕਰਨੀ। ਹਾਲਾਂਕਿ ਵਿਕਾਸ ਤਾਂ ਨੀ ਬਹੁਤਾ ਹੋ ਸਕਿਆ ਕਿਉਂਕਿ ਗ੍ਰਾਂਟਾਂ ਨਾਲ ਕਦੇ ਵਿਕਾਸ ਨਹੀਂ ਹੁੰਦਾ, ਵਿਕਾਸ ਪਲੈਨਿੰਗ ਨਾ ਹੁੰਦਾ ਜੀ। ਜੇ ਪਲੈਨਿੰਗ ਕੀਤੀ ਜਾਵੇ ਤਾਂ ਚੰਗੇ ਤਰੀਕੇ ਵਿਕਾਸ ਹੋ ਜੂ, ਪੈਸੇ ਭਾਵੇਂ ਤੁਹਾਡੇ ਕੋਲ ਥੋੜੇ ਵੀ ਹੋਣ, ਤਾਂ ਜੇ ਤੁਹਾਡੇ ਕੋਲ ਪੈਸਿਆਂ ਦੇ ਭਾਵੇਂ ਟਰੱਕ ਭਰੇ ਤੁਹਾਡੇ ਕੋਲ ਪਲੈਨਿੰਗ ਹੈ ਨਹੀਂ, ਪਰ ਵਿਕਾਸ ਵੀ ਬਿਲਕੁਲ ਉਦਾਂ ਦਾ ਹੀ ਹੁੰਦਾ ਜਿਵੇਂ ਕਿਸੇ ਬੀਬੀ ਨੂੰ ਬਹੁਤਾ ਬੁਣਨਾ ਨਾ ਆਉਂਦਾ ਹੋਵੇ ਤੇ ਉਹ ਧਾਰੀਆਂ ਵਾਲਾ ਸਵੈਟਰ ਇਸ ਤਰੀਕੇ ਬੰਨਦੇ ਕਿ ਪਤਾ ਨੀ ਲੱਗੇ ਕਿ ਭਾਈ ਕਿਹੜੇ ਰੰਗ ਦੀ ਧਾਰੀ ਕਿਹਦੇ ਪਾਸੇ ਜਾਂਦੀ ਹੈ ਜੀ। ਆ ਬਠਿੰਡੇ ਵਾਲੇ ਪਾਸੇ ਵੀ ਕਈ ਤਰ੍ਹਾਂ ਦਾ ਵਿਕਾਸ ਜਿਹੜਾ ਉਹ ਇੱਦਾਂ ਦੀਆਂ ਧਾਰੀਆਂ ਵਾਲੇ ਸਵੈਟਰ ਵਰਗਾ ਹੀ ਹੋਇਆ ਲੱਗਦਾ, ਤੇ ਜੇ ਇੱਦਾਂ ਦਾ ਵਿਕਾਸ ਨਾ ਹੋਇਆ ਹੁੰਦਾ ਤਾਂ ਮਾਤਾ ਜੀ ਜਦੋਂ ਡੇਢ ਕੁ ਘੰਟਾ ਮੀਂਹ ਪੈਂਦਾ ਫਿਰ ਕਿਸ਼ਤੀਆਂ ਲੈ ਲੈ ਕੇ ਤੁਹਾਨੂੰ ਮਿਲੀ ਟੈਕੀਏਟ ਵਾਲੇ ਪਾਸੇ ਨਾ ਜਾਣਾ ਪਵੇ। ਚਲੋ ਹੁਣ ਆਪਾਂ ਕੂੜੇ ਵੱਲ ਆਉਂਦੇ ਹਾਂ, ਪਾਣੀਆਂ ਨੂੰ ਕੀ ਜਾਣਾ ਜੀ। ਕੂੜਾ ਡੰਪ ਸਕੈਂਡਲ ਜਿਹੜਾ ਇਹ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ 2015 ਤੋਂ ਹੀ ਸੁਰਖੀਆਂ ਚ ਹੈ, ਹਰ 3-4 ਮਹੀਨੇ ਕੋਈ ਨਾ ਕੋਈ ਗੱਲ ਨਵੀਂ ਆ ਜਾਂਦੀ ਹੈ ਤੇ ਖਬਰ ਬਣ ਜਾਂਦੀ ਹੈ। ਹੁਣ ਪਹਿਲੀ ਗੱਲ ਆਪਾਂ ਥੋੜੀ ਜਿਹਾ ਪਿੱਛੇ ਨੂੰ ਜਾਈਏ ਕਿ ਆਖਿਰਕਾਰ ਕਹਾਣੀ ਕੀ ਸੀ। ਜੋ ਅਜੇ ਤੱਕ ਦੀ ਕਹਾਣੀ ਹੈ ਉਹਦੇ ਮੁਤਾਬਕ ਪੰਜਾਬ ਸਰਕਾਰ ਨੇ ਇਹ ਕਿਹਾ ਸੀ ਕਿ ਭਾਈ ਆਪਾਂ ਬਠਿੰਡੇ ਦੇ ਵਿੱਚ ਕੂੜਾ ਡੰਪ ਬਣਾਉਣਾ ਹੈ ਤੇ ਕੂੜਾ ਡੰਪ ਬਣਾਉਣ ਦੇ ਲਈ ਜ਼ਮੀਨ ਤਾਂ ਚਾਹੀਦੀ ਹੈ ਨਾ
ਕਿਤੋਂ ਨਾ ਕਿਤੋਂ ਜੇ ਸਰਕਾਰੀ ਜ਼ਮੀਨ ਨਾ ਹੋਵੇ ਫਿਰ ਅਕੁਆਇਰ ਕਰਨੀ ਹੈ। ਪਿੰਡ ਮੰਡੀ ਖੁਰਦ ਦੇ ਵਿੱਚ ਜ਼ਮੀਨ ਅਕੁਆਇਰ ਕੀਤੀ, ਪਰ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਅੱਜ ਤੱਕ ਰੌਲੇ ਰੱਪੇ ਦਾ ਕਾਰਨ ਬਣੀ ਹੋਈ ਹੈ ਕਿ ਜਿਵੇਂ ਜਲੰਧਰ ਤੋਂ ਚਿੰਤਪੁਰਨੀ ਨੂੰ ਜਾਂਦੀ ਸੜਕ ਜਿਹੜੀ ਹੈ ਉਹਨੂੰ ਚੌੜੀ ਕਰਨ ਦੇ ਲਈ ਜ਼ਮੀਨ ਅਕੁਆਇਰ ਕਰਨੀ ਸੀ ਤਾਂ ਹੁਸ਼ਿਆਰਪੁਰ ਦੇ ਕੋਲੇ ਦੋ ਤਿੰਨ ਲੀਡਰਾਂ ਨੂੰ ਦੋ ਤਿੰਨ ਅਧਿਕਾਰੀਆਂ ਦੇ ਨਾਲ ਰਲ ਕੇ 100 ਕਰੋੜ ਦਾ ਕਹਿੰਦੇ ਸੀ ਘਪਲਾ ਕੀਤਾ ਜੀ, ਕਿਸਾਨਾਂ ਤੋਂ ਜ਼ਮੀਨ ਆਪ ਖਰੀਦ ਲਈ ਸਸਤੇ ਪਾ, ਮੁੜ ਕੇ ਸਰਕਾਰ ਨੂੰ ਮਹਿੰਗੇ ਭਾਅ ਦੇ ਉੱਤੇ ਰਜਿਸਟਰੀਆਂ ਕਰਾਤੀਆਂ, ਸਪਾਈਆ ਲੋਕ ਕਰ ਲਓ ਅਕੁਆਇਰ ਤੇ ਪੈਸੇ ਧੇਲੇ ਵੱਧ ਖੱਟ ਲੈ। ਇਸੇ ਤਰ੍ਹਾਂ ਦੀ ਗੱਲਬਾਤ ਇੱਧਰ ਕਹਿੰਦੇ, ਹਾਲਾਂਕਿ ਅਦਾਲਤ ਨੇ ਅਜੇ ਫੈਸਲਾ ਦੇਣਾ, ਅਦਾਲਤ ਨੇ ਇਹ ਨਹੀਂ ਕਿਹਾ ਤਾਂ ਕਿ ਬੰਦੇ ਦੋਸ਼ੀ ਨੇ, ਪਰ ਜੋ ਕੁਝ ਅਜੇ ਤੱਕ ਖੁਲਾਸੇ ਸਰਕਾਰੀ ਪੱਧਰ ਤੇ ਹੋਏ ਨੇ ਉਹਦੇ ਮੁਤਾਬਕ ਪਿੰਡ ਮੰਡੀ ਖੁਰਦ ਦੇ ਵਿੱਚ ਜ਼ਮੀਨ ਅਕੁਆਇਰ ਕੀਤੀ ਤੇ 384 ਪਰਿਵਾਰਾਂ ਨੇ ਪਹਿਲਾਂ ਕਿਸਾਨਾਂ ਤੋਂ ਸਸਤੇ ਭਾਅ ਜ਼ਮੀਨ ਖਰੀਦ ਲਈ, ਮੁੜ ਕੇ ਮਹਿੰਗੇ ਭਾਅ ਦੇ ਉੱਤੇ ਬਾਜ਼ਾਰ ਕੀਮਤ ਵੱਧ ਦੱਸ ਕੇ ਜਦੋਂ ਸਰਕਾਰ ਨੂੰ ਐਕੁਆਇਰ ਕਰਾਈ ਤਾਂ 4 ਕਰੋੜ ਰੁਪਈਏ ਦਾ ਘਾਟਾ ਜਿਹੜਾ ਉਹ ਕਹਿੰਦੇ ਸਰਕਾਰੀ ਖਜ਼ਾਨੇ ਨੂੰ ਪਿਆ ਜੀ। ਥੋੜੀ ਜਿਹੀ ਗੱਲ ਹੋਰ, ਅਸਲ ਦੇ ਵਿੱਚ ਇਹ ਜਿਹੜਾ ਜ਼ਮੀਨ ਹੈ ਪਿੰਡ ਮੰਡੀ ਖੁਰਦ ਦੀ ਐਕੁਆਇਰ ਕੀਤੀ ਹੋਈ ਨਹੀਂ ਸੀ ਜਾਣੀ ਜੀ, ਜ਼ਮੀਨ ਐਕੁਆਇਰ ਕੀਤੀ ਜਾਣੀ ਸੀ ਕਿਸੇ ਹੋਰ ਪਿੰਡ ਦੀ, ਤੇ ਉਸ ਪਿੰਡ ਦੇ ਵਿੱਚ ਸਾਰਾ ਕੁਝ ਜਿਹੜਾ ਕਲੀਅਰ ਹੋ ਗਿਆ ਸੀ ਗਹਿਰੀ ਭਾਗੀ ਪਿੰਡ ਦਾ, ਇੱਥੋਂ ਤੱਕ ਕਿ ਵਿਭਾਗ ਦੇ ਅਧਿਕਾਰੀਆਂ ਨੇ ਚਿੱਠੀ ਲਿਖ ਦਿੱਤੀ ਕਿ ਗਹਿਰੀ ਭਾਗੀ ਪਿੰਡ ਦੀ 95 ਏਕੜ ਜ਼ਮੀਨ ਜਿਹੜੀ ਹੈ ਐਕੁਆਇਰ ਕਰ ਲਈ ਜਾਵੇ, ਪਰ ਉਹ ਵਿੱਚੋਂ ਚਿੱਠੀ ਖਿਸਕਾ ਦਿੱਤੀ ਗਈ ਤੇ ਬਾਅਦ ਵਿੱਚ ਫਿਰ ਪਿੰਡ ਮੰਡੀ ਖੁਰਦ ਦੀ ਜਿਹੜੀ ਉਹ ਜ਼ਮੀਨ 38 ਏਕੜ ਐਕੁਆਇਰ ਕੀਤੀ ਗਈ, ਜਿਹਦੇ ਵਿੱਚ 4 ਕਰੋੜ ਦੇ ਕਰੀਬ ਘਪਲੇ ਦਾ ਰੌਲਾ ਰੱਪਾ ਅੱਜ ਤੱਕ ਪਈ ਜਾਂਦਾ, ਤੇ ਉਹਦੀ ਸ਼ਿਕਾਇਤ ਜਿਹੜੀ ਹੈ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਕੀਤੀ ਸੀ। CBI ਤੱਕ ਇਨਕੁਆਇਰੀ ਦੀ ਗੱਲ ਪਹੁੰਚੀ, ਰਿਪੋਰਟਾਂ ਆ ਗਈਆਂ, ਪਰ ਅਜੇ ਤੱਕ ਵੀ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਸੀ ਮਿਲੀਆਂ, ਇਸ ਕਰਕੇ ਰੌਲਾ ਰੱਪਾ ਪਈ ਜਾਂਦਾ ਸੀ ਕਿ ਭਾਈ ਜੇ ਸਜ਼ਾਵਾਂ ਹੀ ਨਹੀਂ ਮਿਲਣੀਆਂ ਤਾਂ ਫਿਰ ਲਾਭ ਵੀ ਹੋਇਆ। ਪਰ ਹੁਣ 19 ਨਵੰਬਰ ਦੀ ਤਰੀਕ ਆਖਰੀ ਜਿਹੜੀ ਬਹਿਸ ਦੇ ਲਈ ਨਿਸ਼ਚਿਤ ਕਰ ਦਿੱਤੀ ਗਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੁਆਰਾ, ਕਿਉਂਕਿ ਇਹਦੇ ਤੋਂ ਪਹਿਲਾਂ ਫਰਵਰੀ 2015 ਸੁਣਵਾਈ ਹੋਈ ਸੀ, ਮੁੜ ਕੇ ਕਦੇ ਸੁਣਵਾਈ ਨਹੀਂ ਹੋਈ, ਤੇ ਉਸ ਆਖਰੀ ਬਹਿਸ ਦੇ ਵਿੱਚ ਹੁਣ ਵੇਖਦੇ ਹਾਂ ਕਿ ਗੱਲ ਕਿੱਧਰ ਨੂੰ ਜਾਂਦੀ ਹੈ। ਪਰ ਆਪਣੇ ਆਪ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਸ ਸਾਰੇ ਮਾਮਲੇ 'ਚ 2 IAS ਅਧਿਕਾਰੀ, 1 PCS ਅਧਿਕਾਰੀ, 1 ਜ਼ਿਲ੍ਹਾ ਯੂਥ ਅਕਾਲੀ ਦਲ ਦਾ ਵੱਡਾ ਨੇਤਾ ਜਿਹੜਾ ਕਿ ਇੱਕ ਬਹੁਤ ਵੱਡੇ ਮੰਤਰੀ ਦੇ ਨੇੜੇ ਤੇੜੇ ਰਿਹਾ, ਉਹਨਾਂ ਸਾਰਿਆਂ ਦੇ ਉੱਤੇ ਕਾਨੂੰਨੀ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਸਕਦਾ। ਪਹਿਲਾਂ ਗੱਲ ਹੋਰ ਸੀ, ਪਰ ਹੁਣ ਤਾਂ ਕਹਿੰਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਕਿ ਭਾਈ ਚੱਕ ਦਿਓ ਫੱਟੇ, ਅਧਿਕਾਰੀ ਜਿਹੜੇ ਇਮਾਨਦਾਰੀ ਨਾਲ ਉਹ ਵੀ ਕਹਿੰਦੇ ਕਿ ਭਾਈ ਚੱਕ ਦਿਓ ਫੱਟੇ। ਸੋ ਵੇਖਦੇ ਹਾਂ ਕਿ ਕੂੜਾ ਡੰਪ ਸਕੈਂਡਲ ਦੇ ਮੁੱਦੇ ਤੇ ਜਦੋਂ ਅਕਾਲੀ ਦਲ ਦੇ ਕੁਝ ਇੱਕ ਆਗੂਆਂ ਤੇ ਕੁਝ ਇੱਕ ਸਰਕਾਰੀ ਅਫਸਰਾਂ ਦੇ ਖਿਲਾਫ਼ ਕਾਰਵਾਈ ਦੇ ਲਈ ਰਾਹ ਪੱਧਰਾ ਹੋਇਆ, ਤੇ ਉਸ ਮੌਕੇ ਦੇ ਉੱਤੇ ਆ ਕੇ ਹੁਣ ਬਾਕੀ ਸਾਰੀਆਂ ਪ੍ਰਕਿਰਿਆਵਾਂ ਕਿਵੇਂ ਰਹਿੰਦੀਆਂ, ਕਿੰਨੇ ਕੁ ਬੰਦੇ ਗ੍ਰਿਫ਼ਤਾਰ ਹੁੰਦੇ ਆ, ਕਿੰਨੇ ਕੁ ਬੰਦੇ ਦੋਸ਼ ਨੂੰ ਮੰਨਦੇ ਆ, ਤੇ ਕਿੰਨੇ ਕੁ ਬੰਦੇ ਅਜੇ ਤੱਕ ਵੀ ਇਸ ਸਾਰੀ ਪ੍ਰਕਿਰਿਆ ਤੋਂ ਸੱਜੇ ਖੱਬੇ ਹੋ ਕੇ ਲਾਂਭੇ ਰਹਿਣ ਦੇ ਵਿੱਚ ਹੀ ਆਪਣੀ ਭਲਾਈ ਸਮਝ ਰਹੇ ਆ, ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਲੀਅਰ ਹੋਏਗਾ ਜੀ। ਤੇ ਇੱਕ ਪੋਸਟ ਮੰਗੇ ਰਿਓੜੀਆਂ ਤੇ ਐਂ ਪਤਾ ਨੀ ਕੀ ਮੰਗੇ ਕੀ, ਤੇ ਇਸ ਪਾਸੇ ਜੇ ਅਸੀਂ ਰਿਓੜੀਆਂ ਦੀ ਗੱਲ ਕਰਦੇ ਹਾਂ ਜੀ, ਕਾਂਗਰਸ ਵਾਲੇ ਆ ਜਿਹੜੇ ਉਹ ਆਪਦੇ ਆਗੂ ਨੂੰ ਵੀ ਵੰਡ ਰਹੇ ਆ ਸਾਰੀਆਂ ਰਿਓੜੀਆਂ। ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਿਫਤ ਤਾਂ ਸੁਖਨੈਬ ਜੀ ਹੈਗੀ ਹੈ ਜੀ, ਜਿਹਦੇ ਨਾਲ ਸਿਆਸੀ ਤੌਰ ਤੇ ਦੁਸ਼ਮਣੀ ਪੈ ਗਈ, ਫਿਰ ਦੁਸ਼ਮਣੀ ਵੀ ਪੱਕੀ, ਜੇ ਨਾਲ ਯਾਰੀ ਪੈ ਗਈ ਯਾਰੀ ਵੀ ਪੱਕੀ ਜੀ, ਫਿਰ ਨੀ ਦੇਖਦੇ ਆਪ ਦੁਆਲਾ ਮਸ਼ਹੂਰ ਹੈ ਜੀ ਪੂਰੀ ਜੀ। ਹੁਣ ਸੁਖਨੈਬ ਜੀ, ਵਾਅਦਾ ਕੀਤਾ ਗਿਆ ਸੀ ਕਿ ਘਰ ਘਰ ਰੁਜ਼ਗਾਰ ਦਿਆਂਗੇ, ਘਰ ਘਰ ਨੌਕਰੀ ਦਿਆਂਗੇ, ਜੀਵਨ ਪੱਧਰ ਲੋਕਾਂ ਦਾ ਉੱਚਾ ਚੱਕਾਂਗੇ, ਪਰ ਇਹ ਤਾਂ ਪੰਜਾਬ ਦੇ ਲੋਕ ਵੀ ਜਾਣਦੇ ਆ ਤੇ ਸਾਡੇ ਸਰੋਤੇ ਵੀ ਚੰਗੇ ਤਰੀਕੇ ਜਾਣਦੇ ਆ ਕਿ ਅਜੇ ਤੱਕ ਰੁਜ਼ਗਾਰ ਦੇਣ ਵਾਲੇ ਪੱਖ ਤੋਂ ਦਾਅਵੇ ਨੇ ਜ਼ਮੀਨੀ ਪੱਧਰ ਦੇ ਉੱਤੇ ਓਨੀਆਂ ਗੱਲਾਂ ਹੈ ਨਹੀਂ। ਹੁਣ 25-26 ਨਾਂ ਐਸੇ ਸਾਹਮਣੇ ਆ ਗਏ ਜਿਹਦੇ ਵਿੱਚੋਂ ਪਤਾ ਲੱਗਦਾ ਕਿ ਕਪਤਾਨ ਸਾਹਿਬ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਜਿਹੜੇ ਵੱਖ ਵੱਖ ਮਹਿਕਮਿਆਂ ਤੋਂ ਸੇਵਾ ਮੁਕਤ ਵੀ ਹੋ ਚੁੱਕੇ ਆ, ਉਹਨਾਂ ਨੂੰ ਦੁਬਾਰਾ ਅਹੁਦਿਆਂ ਦੇ ਉੱਤੇ 5-5 10-10 ਸਾਲਾਂ ਦੇ ਲਈ ਨਿਯੁਕਤੀਆਂ ਦੇ ਕੇ ਆਪਣਾ ਮਿੱਤਰਾਂ ਦੇ ਨਾਲ ਕੀਤਾ ਵਾਅਦਾ ਨਿਭਾਤਾ, ਸਿਆਸੀ ਮੁਲਾਜ਼ਮਦਾਰੀਆਂ ਪਗਾਉਣ ਦੇ ਲਈ ਧੜਾਧੜ ਨਿਯੁਕਤੀਆਂ ਜਾਰੀ ਨੇ, ਪਰ ਆਮ ਲੋਕ ਇਸ ਮੌਕੇ ਤੇ ਆਪਣੇ ਆਪ ਨੂੰ ਬਹੁਤ ਅਜੀਬ ਕਸ਼ਮਕਸ਼ ਭਰਪੂਰ ਜਿਹੜੀ ਸਥਿਤੀ ਹੈ ਉਹਦੇ ਵਿੱਚ ਮਹਿਸੂਸ ਕਰ ਰਿਹਾ ਕਿ ਭਾਈ ਆ ਕੀ ਹੋ ਗਿਆ। ਹੁਣ ਕਪਤਾਨ ਸਾਹਿਬ ਨੇ ਜਿਹਨਾਂ ਆਪਣੇ ਖਾਸਮ ਖਾਸ ਬੰਦਿਆਂ ਨੂੰ ਰੁਜ਼ਗਾਰ ਦਿੱਤਾ, ਨਾ ਤਾਂ ਉਹ ਬੇਰੁਜ਼ਗਾਰ ਸੀ, ਨਾ ਘਰੋਂ ਹੀ ਉਹਨਾਂ ਦਾ ਕੰਮ ਵਿੱਤੀ ਤੌਰ ਤੇ ਬਹੁਤਾ ਮੱਠਾ ਸੀ, ਸਾਰਾ ਕੁਝ ਤਾਂ ਠੀਕ ਚੱਲੀ ਜਾਂਦਾ, ਪਰ ਇਹਦੇ ਬਾਵਜੂਦ ਵੀ ਉਹਨਾਂ ਨੂੰ ਦੁਬਾਰਾ ਕਮਿਸ਼ਨਾਂ ਦੇ ਮੁਖੀ ਕਿਉਂ ਬਣਾਇਆ ਗਿਆ ਇਹ ਗੱਲ ਸਮਝ ਤੋਂ ਬਾਹਰ ਹੈ। ਹੁਣ ਇਹ ਵੀ ਪਤਾ ਲੱਗਾ ਕਿ DP ਰੈਡੀ ਸਾਹਿਬ 85 ਬੈਚ ਤੇ IAS ਅਧਿਕਾਰੀ ਨੇ, ਉਹਨਾਂ ਦੀ ਸੇਵਾ ਮੁਕਤੀ ਹੋਣ ਵਾਲੀ ਹੈ, ਤੇ ਕਪਤਾਨ ਸਾਹਿਬ ਨੇ ਉਹਨਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ ਹੀ ਕਹਿ ਦਿੱਤਾ
कि इना नू एक बहुत वड्डे महकमे का मुखी जिहड़ा ओह बना दिता जाए। यह भी पता लगा कि डीजीपी पंजाब पुलिस सुरेश अरोड़ा साहब 31 दिसंबर नू सेवा मुक्त हो रहे हैं। सेवा मुक्त होंदे ही 50 साल का रुजगार जिहड़ा ਉਹ ਸੁਰੇਸ਼ ਅਰੋੜਾ ਸਾਹਿਬ ਨੂੰ ਇੱਕ ਵਾਰੀ ਫੇਰ ਦਿੱਤਾ ਜਾ ਸਕਦਾ। ਇਹਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ 2002 ਤੋਂ 2007 ਦੇ ਕਾਰਜਕਾਲ ਦੇ ਵਿੱਚ ਮੁੱਖ ਸਕੱਤਰ ਰਹੇ, ਬਿਜਲੀ ਬੋਰਡ ਦੇ ਚੇਅਰਮੈਨ ਰਹੇ ਵਾਈ ਐਸ ਰਤਾਲਾ ਸਾਹਿਬ, ਉਹਨਾਂ ਨੇ ਪਨਗਰੇਨ ਦਾ ਮੁਖੀ ਬਣਾਤਾ। ਜੈ ਸਿੰਘ ਵਾਲਾ ਮੁੱਖ ਮੰਤਰੀ ਸਾਹਿਬ ਦੇ ਮੁੱਖ ਸਕੱਤਰ ਰਹੇ ਸਨ, ਬਾਅਦ ਵਿੱਚ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ 5 ਸਾਲ ਚੇਅਰਮੈਨ ਵੀ ਰਹੇ। ਉਹ ਹੁਣ ਆਪਣੇ ਤੌਰ ਤੇ ਚਾਹੁੰਦੇ ਆ ਕਿ ਭਾਈ ਅਸੀਂ ਉਧਰਲੇ ਪਾਸੇ ਤੁਰੀਏ। ਕਪਤਾਨ ਸਾਹਿਬ ਦੇ ਮੁੱਖ ਸਕੱਤਰ ਰਹੇ ਕੇ ਆਰ ਲਖਨਪਾਲ, ਉਹਨਾਂ ਨੂੰ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦਾ ਮੁਖੀ ਬਣਾਤਾ। ਬੀਬੀ ਕੁਸਮਜੀਤ ਕੌਰ ਸਿੱਧੂ ਨੂੰ ਪੰਜਾਬ ਬਿਜਲੀ ਰੈਗੂਲੇਟਰੀ ਅਥਾਰਟੀ ਦੀ ਚੇਅਰਪਰਸਨ ਬਣਾਤਾ। ਮਨਦੀਪ ਸਿੰਘ ਸੰਧੂ ਨੂੰ ਜਵਾਬਦੇਹੀ ਕਮਿਸ਼ਨ ਦਾ ਮੁਖੀ, ਐਨ ਐਸ ਕੰਗ ਨੂੰ ਰੀਅਲ ਸਟੇਟ ਰੈਗੂਲੇਟਰੀ ਅਥਾਰਟੀ ਦਾ ਮੁਖੀ, ਤੇ ਜਤਿੰਦਰ ਵੀਰ ਸਿੰਘ ਰੰਧਾਵਾ ਨੂੰ ਪੰਜਾਬ ਇਨਫਰਾਸਟਰਕਚਰ ਰੈਗੂਲੇਟਰੀ ਅਥਾਰਟੀ ਦਾ ਮੁਖੀ ਬਣਾਤਾ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਸਾਹਿਬ ਨੂੰ ਵੀ ਸੈੱਟ ਕਰ ਦਿੱਤਾ। ਕਹਿਣ ਦਾ ਭਾਵ ਹੈ ਕਿ ਇੱਕ ਤੋਂ ਬਾਅਦ ਇੱਕ ਇਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਹੋਣ ਲੱਗ ਪਏ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਾਨੂੰ ਨੌਕਰੀਆਂ ਦੇਣ ਦੇ ਲਈ ਪਾਣੀ ਚ ਵੜਦੇ ਆ, ਤੇ ਜਾਂ ਫਿਰ ਆਪਣੇ ਬਹੁਤ ਪੁਰਾਣੇ ਖਾਸਮ ਖਾਸ ਬੰਦੇ ਜਿਨ੍ਹਾਂ ਨੇ ਕਦੇ ਕਪਤਾਨ ਸਾਹਿਬ ਨੂੰ ਜਿਹੜਾ ਉਹ ਬਹੁਤ ਸਾਰੀਆਂ ਗਰਮ ਹਵਾਵਾਂ ਦੇ ਵਿੱਚੋਂ ਕੱਢ ਕੇ ਬਾਹਰ ਲਿਆਂਦਾ ਹੁੰਦਾ ਜਾਂ ਉਧਰਲੇ ਪਾਸੇ। ਹੁਣ ਦੇਖੋ ਸਿਆਸੀ ਤੌਰ ਤੇ ਵੀ ਤਾਂ ਮਲਾਹਧਾਰੀਆਂ ਪੂਰੀਆਂ ਹੀ ਨੇ। ਹੁਣ ਲਾਲ ਸਿੰਘ ਹੋਰੀ ਉਹ ਮੰਡੀ ਬੋਰਡ ਦੇ ਚੇਅਰਮੈਨ ਲਾਤੇ, ਬੀਬੀ ਭੱਠਲ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਲਾਤੀ, ਅਕਾਲੀ ਸਰਕਾਰ ਚ ਵਾਈਸ ਚੇਅਰਮੈਨ ਸੀ ਰਜਿੰਦਰ ਗੁਪਤਾ, ਉਹਨਾਂ ਦਾ ਰੁਤਬਾ ਜਿਹੜਾ ਅਜੇ ਵੀ ਬਰਾਬਰ ਰੱਖਿਆ ਕਪਤਾਨ ਸਾਹਿਬ ਨੇ। ਅਮਰਜੀਤ ਸਮਰਾ ਸਾਹਿਬ ਨੂੰ ਮਾਰਕਫੈਡ ਦਾ ਮੁਖੀ ਬਣਾਤਾ, ਰਮਨ ਬੈਲ ਨੂੰ ਐਸ ਐਸ ਬੋਰਡ ਦਾ ਮੁਖੀ ਲਾਤਾ। ਇਹ ਸਾਰੀਆਂ ਗੱਲਾਂ ਬਾਤਾਂ ਮੈਂ ਇਸ ਕਰਕੇ ਕਰ ਰਿਹਾ ਕਿ ਜਦੋਂ ਤਾਂ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣੀਆਂ, ਸੁਖਨੈਬ ਜੀ ਉਦੋਂ ਕਹਿ ਦਿੰਦੇ ਖਜ਼ਾਨੇ ਦੇ ਵਿੱਚ ਇੰਨੇ ਪੈਸੇ ਨਹੀਂ, ਜੇ ਤੁਸੀਂ ਇੰਨੇ ਕੁ ਪੈਸਿਆਂ ਤੇ ਕੰਮ ਕਰਨਾ ਤਾਂ ਆ ਜਾਓ। ਜੇ ਅਗਲੇ ਪੱਕੇ ਹੋਣ ਦੀ ਦੁਹਾਈ ਦਿੰਦੇ ਆ, ਫਿਰ ਕਹਿੰਦੇ ਆ ਕਿ ਭਾਈ ਹੁਣ ਫਿਰ ਇੰਨੇ ਪੈਸੇ ਨਹੀਂ, ਜੇ ਤੁਸੀਂ ਆ ਮਾੜੇ ਮੋਟੇ 2 ਕੁ ਪੈਨ ਹੱਟੀਆਂ ਆਉਂਦੇ ਫੜ ਲਿਆ ਤਾਂ ਚੰਗਾ। ਹੁਣ ਦੂਸਰੇ ਪਾਸੇ ਜਦੋਂ ਵੱਡੇ ਲੋਕਾਂ ਨੂੰ, ਸੇਵਾ ਮੁਕਤ ਅਧਿਕਾਰੀਆਂ ਨੂੰ ਸਿਆਸਤ ਵਿੱਚ ਕਹਿੰਦੇ ਕਹਾਉਂਦੇ ਨਾਮ ਵਾਲੇ ਜਿਹੜੇ ਲੋਕ ਨੇ, ਤੁਸੀਂ ਜਦੋਂ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਕੁੱਝ ਨਾ ਕੁੱਝ ਗੱਲਾਂ ਬਾਤਾਂ ਕਰਕੇ ਹਾਲਾਤ ਦੱਸਣੇ ਹੁੰਦੇ ਆ, ਤੇ ਉਦੋਂ ਫਿਰ ਪਤਾ ਲੱਗਦਾ ਕਿ ਭਾਈ ਇਹਨਾਂ ਨੂੰ ਤਾਂ ਕਾਰਾਂ ਵੀ, ਇਹਨਾਂ ਨੂੰ ਕੋਠੀਆਂ ਵੀ, ਇਹਨਾਂ ਨੂੰ ਤਨਖਾਹਾਂ ਵੀ, ਇਹਨਾਂ ਨੂੰ ਭੱਤੇ ਵੀ। ਕਹਿਣ ਦਾ ਭਾਵ ਹੈ ਕਿ ਹਰ ਉਹ ਸਹੂਲਤ ਜਿਹੜੀ ਇੱਕ ਸਧਾਰਨ ਬੰਦਾ ਚਾਹੁੰਦਾ ਕਿ ਭਾਈ ਮਿਲ ਜਾਵੇ ਤਾਂ ਕਿਤੇ ਬੱਲੇ ਬੱਲੇ ਹੋ ਜਾਏ, ਉਹ ਸਾਰੀਆਂ ਸਹੂਲਤਾਂ ਇਹਨਾਂ ਦੇ ਕੋਲ ਹੁੰਦੀਆਂ। ਭਾਵੇਂ ਆਪਣੇ ਆਪ ਦੇ ਵਿੱਚ ਇਹ ਗੱਲ ਵੀ ਸਾਨੂੰ ਮੰਨਣੀ ਪਏਗੀ ਕਿ ਇਹਨਾਂ ਨੂੰ ਘਰੋਂ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ। ਇਹਨਾਂ ਦੇ ਘਰੇ 4-4 ਗੱਡੀਆਂ ਖੜੀਆਂ, ਫਿਰ ਵੀ ਸਰਕਾਰੀ ਗੱਡੀਆਂ ਲੈ ਕੇ ਸਰਕਾਰੀ ਤੇਲ ਪਵਾਉਣ ਦੇ ਵਿੱਚ ਆਪਣੀ ਸ਼ਾਨ ਸਮਝਦੇ ਆ। ਸੋ ਵੇਖਦੇ ਹਾਂ ਕਿ ਪੰਜਾਬ ਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਰੱਖ ਕੇ ਵੋਟਾਂ ਪਾਉਂਦੇ ਆ, ਜਾਂ ਇੱਕ ਵਾਰ ਫਿਰ ਸਿਆਸਤਦਾਨਾਂ ਦੇ ਭਾਸ਼ਣ ਜਿਹੜੇ ਆ ਉਹ ਪੰਜਾਬ ਦੇ ਲੋਕਾਂ ਨੂੰ ਕੀਲਣ ਦੇ ਵਿੱਚ ਕਾਮਯਾਬ ਹੋ ਜਾਣਗੇ। ਜੀ, ਤੈਨੂੰ ਕੀਲ ਕੇ ਪਟਾਰੀ ਵਿੱਚ ਪਾਊ ਕੁੜੀਏ, ਉਹ ਤਾਂ ਇਹ ਗੱਲ ਹੁੰਦੀ ਹੈ, ਪਰ ਇੱਥੇ ਕੁਛ ਹੋਰ ਹੁੰਦਾ। ਤੇ ਕੌਮੀ ਪੱਧਰ ਦੇ ਉੱਤੇ ਰਾਜਨੀਤਿਕ ਜੋੜ ਤੋੜ ਸ਼ੁਰੂ ਹੋ ਗਿਆ ਜੀ। ਸੁਖਨੈਬ ਜੀ, 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਐਲਾਨ ਹੋ ਚੁੱਕਿਆ। ਐਲਾਨ ਹੋਣ ਤੋਂ ਬਾਅਦ ਕਦੇ ਬੀਬੀ ਮਾਇਆਵਤੀ ਕਹਿ ਦਿੰਦੀ ਅਸੀਂ ਇਕੱਲਿਆਂ ਚੋਣਾਂ ਲੜਨੀਆਂ, ਮਗਰ ਮਗਰ ਅਖਿਲੇਸ਼ ਯਾਦਵ ਵੀ ਤੁਰ ਪੈਂਦੇ ਕਿ ਅਸੀਂ ਵੀ ਇਕੱਲਿਆਂ ਚੋਣਾਂ ਲੜਨੀਆਂ। ਉਧਰਲੇ ਪਾਸੇ ਭਾਰਤੀ ਜਨਤਾ ਪਾਰਟੀ ਕਹੀ ਜਾਂਦੀ ਹੈ ਕਿ ਸਾਡੀ ਜਿੱਤ ਯਕੀਨੀ ਹੈ, ਸਾਡੇ ਬੰਦਿਆਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਸੀ ਉਹ ਸਰਕਾਰਾਂ ਕਿਤੇ ਮਾੜੀਆਂ ਮੋਟੀਆਂ ਥੋੜੀ ਸੀ, ਉਹਨਾਂ ਸਰਕਾਰਾਂ ਨੇ ਤਾਂ ਕਮਾਲਾਂ ਕੀਤੀਆਂ ਪਈਆਂ। ਇਸ ਕਰਕੇ ਸਾਡੀਆਂ ਸਰਕਾਰਾਂ ਇੱਕ ਵਾਰੀ ਫਿਰ ਬਿਲਕੁਲ ਬੱਟ ਦੇ ਉੱਤੇ ਨੇ। ਕਾਂਗਰਸ ਪਾਰਟੀ ਕਹਿੰਦੀ ਕਿ ਲੋਕ ਦੁਖੀ ਬੜੇ ਆ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਤਾਂ ਬਹੁਤ ਦੂਰ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਣ, ਇਹੀ ਬਹੁਤ ਵੱਡੀ ਗੱਲ ਹੈ। ਚਲੋ ਆਪੋ ਆਪਣੇ ਹਿਸਾਬ ਦੇ ਨਾਲ ਆਪੋ ਆਪਣੇ ਹਾਲਾਤ ਦਰੁਸਤ ਤੇ ਦੂਜਿਆਂ ਦੇ ਹਾਲਾਤ ਬੇਹਾਲ ਦੱਸਣ ਦੇ ਯਤਨ ਕੀਤੇ ਜਾ ਰਹੇ ਆ, ਪਰ ਜੋੜ ਤੋੜ ਸਿਖਰਾਂ ਤੇ ਹੈ। ਦੇਖੋ ਹੁਣ ਭਾਰਤੀ ਜਨਤਾ ਪਾਰਟੀ ਕੁਝ ਨਵੇਂ ਸਿਆਸੀ ਭਾਈਵਾਲ ਲੱਭ ਰਹੀ ਹੈ, ਜਿਹੜੇ ਸਿਆਸੀ ਭਾਈਵਾਲ ਉਹਨਾਂ ਨੂੰ ਵੱਖ ਵੱਖ ਸੂਬਿਆਂ ਦੇ ਵਿੱਚ ਸਿਆਸੀ ਤੌਰ ਤੇ ਕਮਜ਼ੋਰੀ ਜਿਹੜੀ ਹੈ ਉਹਨੂੰ ਦੂਰ ਕਰਨ ਦਾ ਮੌਕਾ ਦੇਣ। ਹੁਣ ਕਾਂਗਰਸ ਪਾਰਟੀ ਨੇ ਹੋਰ ਕੰਮ ਸ਼ੁਰੂ ਕਰ ਲਿਆ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਹੋਰ ਛੋਟੀਆਂ ਪਾਰਟੀਆਂ ਜਿਹੜੀਆਂ ਕਾਂਗਰਸ ਦੇ ਨਾਲ ਨਹੀਂ ਰਲੀਆਂ ਉਹਨਾਂ ਦੇ ਬਾਗੀ ਲੀਡਰਾਂ ਦੇ ਨਾਲ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਕਿ ਭਾਈ ਛੱਡੋ, ਜਿਹੜੀ ਪਾਰਟੀ ਤੁਹਾਡਾ ਮਾਣ ਸਨਮਾਨ ਨਹੀਂ ਕਰਦੀ, ਤੁਸੀਂ ਕਾਂਗਰਸ 'ਚ ਆ ਜਾਓ, ਅਸੀਂ ਤੁਹਾਡਾ ਮਾਣ ਸਨਮਾਨ ਠੋਕ ਕੇ ਕਰਾਂਗੇ, ਇੱਕ ਵਾਰ ਵੀ ਤੁਹਾਨੂੰ ਇੱਦਾਂ ਮਹਿਸੂਸ ਨਹੀਂ ਹੋਣ ਦਿਓਗੇ ਕਿ ਤੁਸੀਂ ਕਿਤੇ ਬਾਹਰਲੇ ਪਾਸੇ।
चलो हुण इहदे नाल नाल होया कि जिहड़े कि इस वेले बिहार दे विचों मैंबर पार्लीमेंट ने भारतीय जनता पार्टी की टिकट के उत्ते उहने शत्रुघ्न सिन्हा कांग्रेस पार्टी के बारे पता लग्या कि वह भी इस वेले कांग्रेस के संपर्क च ने ते कांग्रेस पार्टी उन्हां नूं पाटलीपुत्र लोक सभा हल्के तो टिकट देण दे उत्ते विचारां कर रही है ता जो इधरले पासे चार वोटां जिहड़ियां हैगियां ने उह चंगे तरीके सांभ लईआं जा सकन। इहदे तों इलावा जे आपां होर गल करिए तां पप्पू यादव जिहड़े ने उहनां दी धर्मपत्नी जिहड़ी है उह कांग्रेस पार्टी दी मैंबर पार्लीमेंट है ते जदों कांग्रेस पार्टी दी मैंबर पार्लीमेंट आ बीबी रणजीता रंजन ਤਾਂ ਫਿਰ ਕਾਂਗਰਸ ਪਾਰਟੀ ਦੇ ਲਈ ਪੱਪੂ ਯਾਦਵ ਨੂੰ ਵੀ ਪਾਰਟੀ ਦੇ ਵਿੱਚ ਦੁਬਾਰਾ ਸ਼ਾਮਿਲ ਕਰ ਲੈਣਾ ਕੋਈ ਬਹੁਤਾ ਜ਼ਿਆਦਾ ਔਖਾ ਮਸਲਾ ਨਹੀਂ। ਪਰ ਸਵਾਲ ਇਹ ਪੈਦਾ ਕਿ ਜੇ ਕੀਰਤੀ ਆਜ਼ਾਦ ਦਰਭੰਗੇ ਤੋਂ ਲੜਨਗੇ, ਜੇ ਸ਼ਤਰੂਘਨ ਸਿਨਹਾ ਪਾਟਲੀਪੁੱਤਰ ਤੋਂ ਲੜਨਗੇ, ਤਾਂ ਫਿਰ ਇਧਰਲੇ ਪਾਸੇ ਪਿੰਡ ਦੇ ਵਿੱਚ ਆਉਣ ਵਾਲੇ ਬੰਦੇ ਜਿਹੜੇ ਨੇ ਉਹ ਕਿਹੜੀਆਂ ਕਿਹੜੀਆਂ ਸੀਟਾਂ ਤੋਂ ਚੋਣ ਲੜਨ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸਹਿਜ ਮਹਿਸੂਸ ਕਰ ਸਕਣਗੇ, ਆਪਾਂ ਉਧਰਲੇ ਪਾਸੇ ਨੂੰ ਕਹਿੰਦੇ ਗੱਲ ਤੁਰ ਦੇਣੀ ਹੈ। ਸੋ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨਵੇਂ ਨਵੇਂ ਸਿਆਸੀ ਸਾਂਝੀਦਾਰ ਲੱਭ ਰਹੀ ਹੈ, ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਪੱਲੇ ਸੀਟਾਂ ਤਾਂ ਭਾਵੇਂ ਘੱਟ ਪੈਣਗੀਆਂ, ਪਰ ਹਾਲ ਦੀ ਘੜੀ ਦੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਜੋੜ ਤੋੜ ਕਰਕੇ ਆਪਣੀਆਂ ਸਥਿਤੀਆਂ ਜਿਹੜੀਆਂ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ। ਹੁਣ ਆਪਾਂ ਗੱਲ ਥੋੜ੍ਹੀ ਜਿਹੀ ਪੱਛਮੀ ਬੰਗਾਲ ਦੀ ਕਰ ਲਈ ਹੈ। ਸੁਖਨੈਬ ਜੀ, ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਭਾਰਤੀ ਜਨਤਾ ਪਾਰਟੀ ਨਜ਼ਰਾਂ ਟਿਕਾ ਕੇ ਬੈਠੀ ਹੈ ਕਿ 42 ਦਾ ਜੇ ਅੱਧੋ ਅੱਧ ਵੀ ਹੋ ਜਾਏ, 21 ਸੀਟਾਂ ਵੀ ਸਾਨੂੰ ਮਿਲ ਜਾਣ, ਤਾਂ ਕਮਾਲ ਹੀ ਹੈ। ਕਿਉਂਕਿ 21 ਸੀਟਾਂ ਦੇ ਨਾਲ ਉਹ ਕਹਿੰਦੇ ਕਿ ਅਸੀਂ ਤਾਂ ਕਿਤੇ ਦੇ ਕਿਤੇ ਲੋਕ ਸਭਾ ਦੇ ਵਿੱਚ ਪਹੁੰਚ ਜਾਣਾ। 3 ਰੱਥ ਯਾਤਰਾਵਾਂ ਕਰਨ ਦਾ ਐਲਾਨ ਬੀਜੇਪੀ ਨੇ ਬੰਗਾਲ 'ਚ ਕਰਤਾ। 3 ਰੱਥ ਯਾਤਰਾਵਾਂ ਦੇ ਨਾਲ ਜਿਹੜੇ ਇਸ ਵੇਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹ ਵੀ ਆਪਣੇ ਹੋਣਗੇ ਉੱਥੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਨਾਲ ਉੱਥੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਹੋਣਗੇ। ਹੋਰ ਬਹੁਤ ਸਾਰੇ ਵੱਖ ਵੱਖ ਸੂਬਿਆਂ ਦੇ ਜਿਹੜੇ ਵੱਡੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਵੀ ਉੱਥੇ ਪਹੁੰਚਣਗੇ। ਹੁਣ 7 ਦਸੰਬਰ ਨੂੰ ਸਾਰੀਆਂ ਯਾਤਰਾਵਾਂ ਜਿਹੜੀਆਂ ਖਤਮ ਹੋ ਜਾਣੀਆਂ, ਪਰ ਬਹੁਤ ਸਾਰੇ ਲੋਕਾਂ ਨੇ ਇੱਥੇ ਸਵਾਲ ਵੀ ਜਿਹੜੇ ਕੀਤੇ ਕਿ ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਦੇ ਵਿੱਚ ਰੱਥ ਯਾਤਰਾ ਕਰਕੇ ਜਿਹੜਾ ਉਹ ਕੀ ਸਾਬਿਤ ਕਰਨਾ ਚਾਹੁੰਦੀ ਹੈ, ਉਹਦੇ ਮਨ ਦੇ ਵਿੱਚ ਕੀ ਹੈ, ਤੁਹਾਨੂੰ ਸਿੱਧੇ ਦੱਸੇ। ਤੇ ਬਾਕੀ ਇਹ ਗੱਲ ਪੱਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਤੌਰ ਤੇ ਸੰਕਟ ਵੀ ਬਦਲਣਗੇ, ਗੱਲ ਬਦਲੀਆਂ ਵੀ ਬਦਲਣਗੀਆਂ, ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਣ ਦਾ ਜਿਹੜਾ ਸਿਲਸਿਲਾ ਉਹ ਵੀ ਬਿਲਕੁਲ ਸਿਖਰਲੇ ਪੱਧਰ ਦੇ ਉੱਤੇ ਪਹੁੰਚਣਾ। ਪਰ ਇਹ ਹੁਣ ਆਪੋ ਆਪਣੀ ਸਮਝ ਹੈ, ਆਪੋ ਆਪਣੀ ਸਿਆਣਪ ਹੈ ਤੇ ਆਪੋ ਆਪਣਾ ਹਿਸਾਬ ਕਿਤਾਬ ਹੈ ਕਿ ਆਪਾਂ ਕਿਵੇਂ ਜਾ ਕੇ ਕਿਹੜੇ ਮਾਹੌਲ ਦੇ ਵਿੱਚ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਪਰ ਇੰਨੀ ਗੱਲ ਪੱਕੀ ਹੈ ਕਿ ਸਿਆਸੀ ਤੌਰ ਤੇ ਪਾਰਾ ਚੜ੍ਹਦਾ ਜਾ ਰਿਹਾ। ਜੀ ਵਟ ਸਾਹਿਬ, ਇੱਕ ਵਾਰ ਫੇਰ ਸਵਾਗਤ ਤੇ ਨਾਲ ਹੀ ਅਸੀਂ ਅਗਲੀ ਗੱਲ ਕਰੀਏ ਖਬਰ ਦੇ ਰੂਪ ਦੇ ਵਿੱਚ। ਤੇਲ ਦੀਆਂ ਕੀਮਤਾਂ ਦੇ ਉੱਤੇ ਪੰਜਾਬ ਸਰਕਾਰ ਦੀ ਬੈਠਕ ਫੇਰ ਟਲ ਗਈ ਹੈ ਜੀ, ਤਿਲਕ ਗਈ ਬੈਠਕ। ਸੁਖਨਾ ਜੀ, ਅਸਲ ਚ ਪੰਜਾਬ ਦੀ ਸਰਕਾਰ ਤੇਲ ਦੀਆਂ ਕੀਮਤਾਂ ਘਟਾਉਣਾ ਹੀ ਨਹੀਂ ਚਾਹੁੰਦੀ। ਹੁਣ ਉਹ ਸੂਬੇ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਸਲਾਹ ਦੇ ਉੱਤੇ 2 ਘੰਟਿਆਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਪੈਟਰੋਲ ਤੇ 2.5 ਰੁਪਏ ਪ੍ਰਤੀ ਲੀਟਰ ਡੀਜ਼ਲ ਦੀ ਕੀਮਤ ਦੇ ਵਿੱਚ ਕਮੀ ਕਰਤੀ, ਸੋ ਵੀ ਤਾਂ ਸਰਕਾਰਾਂ ਹੀ ਨੇ। ਉਹਨਾਂ ਨੂੰ ਵੀ ਤਾਂ ਤੇਲ ਤੋਂ ਟੈਕਸੀ ਆਉਂਦਾ ਸੀ ਤੇ ਪੰਜਾਬ ਦੀ ਵੀ ਸਰਕਾਰ ਹੈ। ਠੀਕ ਹੈ, ਪੰਜਾਬ ਦੇ ਵਿੱਚ ਵਿੱਤੀ ਤੌਰ ਤੇ ਦਿੱਕਤਾਂ ਨੇ। ਜਿਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਵੈਟ ਘਟਾਇਆ ਸੀ ਉਹਨਾਂ ਦੇ ਵਿੱਚੋਂ ਬਹੁਤੀਆਂ ਸੂਬਿਆਂ ਦੀਆਂ ਸਰਕਾਰਾਂ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖਦੀਆਂ ਜੀ, ਤੇ ਭਾਰਤੀ ਜਨਤਾ ਪਾਰਟੀ ਨੂੰ ਤਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵੀ ਨਜ਼ਰ ਆਉਂਦੀਆਂ ਤੇ ਲੋਕ ਸਭਾ ਦੀਆਂ ਚੋਣਾਂ ਵੀ ਨਜ਼ਰ ਆਉਂਦੀਆਂ, ਇਹਦੇ ਥੱਲੇ ਤਾਂ ਗੱਲ ਹੀ ਕੋਈ ਨਹੀਂ। ਪਰ ਪਹਿਲੇ ਦਿਨ ਮੀਟਿੰਗ ਮੁੱਖ ਮੰਤਰੀ ਸਾਹਿਬ ਨੇ ਰੱਖੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਆਏ। ਉਹਦੇ ਵਿੱਚ ਇਹ ਕਹਿਤਾ ਗਿਆ ਕਿ ਕਈ ਅਧਿਕਾਰੀ ਇਸ ਵੇਲੇ ਹਾਜ਼ਰ ਨਹੀਂ, ਉਹਨਾਂ ਅਧਿਕਾਰੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਆਪਾਂ ਏਡਾ ਵੱਡਾ ਫੈਸਲਾ ਨਹੀਂ ਕਰ ਸਕਦੇ ਤੇ ਨਾ ਸਾਨੂੰ ਕਰਨਾ ਹੀ ਚਾਹੀਦਾ। ਦੂਸਰੀ ਮੀਟਿੰਗ ਦਿੱਲੀ ਚ ਰੱਖ ਲਈ, ਦੂਸਰੀ ਮੀਟਿੰਗ ਦੇ ਵਿੱਚ ਵੀ ਕਈ ਬੰਦੇ ਆਏ ਨਹੀਂ, ਉਹ ਵੀ ਪੋਸਟਪੋਨ ਕਰਤੀ। ਤੀਸਰੀ ਮੀਟਿੰਗ ਜਿਹੜੀ ਹੈ ਉਹਨੂੰ ਫਿਰ ਅੱਗੇ ਪਾਤਾ ਕਿ ਭਾਈ ਹੁਣ ਫਿਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੈ ਨਹੀਂ, ਕਿਉਂਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਉਹਨਾਂ ਨੂੰ ਹੋਰ ਪਾਸੇ ਭੇਜਿਆ ਹੋਇਆ, ਜਿੱਥੇ ਜਾ ਕੇ ਉਹ ਲੋਕਾਂ ਦਾ ਗੁੱਸਾ ਚੈੱਕ ਕਰ ਰਹੇ ਆ ਕਿ ਲੋਕ ਕਿਹੜੀਆਂ ਗੱਲਾਂ ਤੋਂ ਗੁੱਸੇ ਨੇ ਤੇ ਕਿਹੜੀਆਂ ਗੱਲਾਂ ਤੋਂ ਖੁਸ਼ ਨੇ। ਚਲੋ ਹੁਣ ਹਾਲਾਤ ਇਹ ਬਣ ਗਏ ਕਿ ਜਦੋਂ ਸਿਰ ਜੋੜ ਕੇ ਬਹਿੰਦੀ ਵੀ ਆ ਪੰਜਾਬ ਦੀ ਸਰਕਾਰ ਤੇ ਉਦੋਂ ਆਪਸ ਵਿੱਚ ਗੱਲਾਂ ਇਹ ਚੱਲਦੀਆਂ ਕਿ ਭਾਈ ਜੇ ਤੇਲ ਦੀਆਂ ਕੀਮਤਾਂ ਚ ਵੈਟ ਘਟਾਤਾ ਤੇ ਜਿਹੜੇ 4 ਪੈਸੇ ਆਪਾਂ ਨੂੰ ਸੂਬਾ ਚਲਾਉਣ ਦੇ ਲਈ ਆਉਂਦੇ ਆ ਉਹ ਵੀ ਨੀ ਆਉਣੇ। ਪੈਟਰੋਲ ਦੇ ਉੱਤੇ ਪੰਜਾਬ ਦੀ ਸਰਕਾਰ ਨੇ 35% ਵੈਟ ਤੇ ਡੀਜ਼ਲ ਦੇ ਉੱਤੇ 16% ਆ, ਬਿਲਕੁਲ ਅੱਧੋ ਅੱਧ। ਤੇ ਜੇ 1-1% ਵੀ ਵੈਟ ਨੂੰ ਜੀ
450 करोड़ रुपये का साल का नुकसान होना जी। पंजाब विच हर रोज 27 करोड़ रुपये का पेट्रोल ते 84 करोड़ का डीजल विकदा, हर रोज 9 करोड़ रुपया पेट्रोल तो 13 करोड़ रुपया डीजल तो पंजाब की सरकार जी है वह कमा रही है कि भाई आ जड़े पैसे धेले ने यह तो फिर मेरे तुसी दे दिओ फिर ही गल बननी। सो रोजाना कमाई जी है वह तकरीबन 23 करोड़ रुपये होंगी है। जे पंजाब की सरकार केंद्र सरकार की सलाह के मुताबिक वैट घटाती है तो पंजाब सरकार की इनकम घटती है। हुण 4 दिनों के पेट्रोल 85 पैसे से डीजल 91 पैसे महंगा हो गया, इधरले पासे किसी का ध्यान नहीं। पर यह अपने आप सानू गल चेते रखनी चाहिए है कि इस वेले जिहड़े हालात बने हुए ने उन्हां हालातों के मुताबिक पंजाब की सरकार के कोल तां तनखाह देने पूरे पैसे नहीं, मंत्रियों नूं नवीं गड्डियां लैके देनियां उधरले पासे पूरे पैसे नहीं, असी वजीफे रोक के बैठे, असी बहुत सारिया कर्मचारियों दी तनखाहां दे नाल मिलदियां किश्तां जिहड़ियां भी रोक के बैठे हैं। वह सारी की सारी प्रक्रिया दसती है कि पंजाब की सरकार विचों लिखी हुई है, वह जिस तरीके लपा करके काम कर चलता है उस तरीके काम करना कि निबेड़ना चाहते हैं, नहीं तो फिर आने वाले दिनों इस सारी की सारी प्रक्रिया के करके मुसीबत जी है वह बहुत सारे लोगों के गल पै सकती है। उधरों वैट घटाता कि भाई सारे ने घटाया जे पंजाब की सरकार भी घटा दू, उधरले पासे ग्रांटा मंडल पैसा धेला तो पहले ही है नहीं, तो जिहड़ा वह विद्यार्थी जीवन के निकल के सामने आने वाले लोग ने उन्होंने भी कहना कि भाई साडा जे वजीफा तक नहीं आया जिस पंजाब सरकार ने भी पैसे पाने होंगे है। सो बहुत सारिया गलां बातों ने पर एक गल पक्की है हाल की घड़ी तक जिहड़े तेवर ने पंजाब की सरकार के वह बिल्कुल भी इधरले पासे संकेत नहीं देंदे कि सानू उधरले पासे माड़ा मोटा भी कोई ध्यान जिहड़ा वह करना चाहिए, वह कहिंदे काम हुण इदां ही चलण दिओ जी। और बट साहब एक वड्डी खबर जिहड़ी अज आपां कह सकदे कि चैनल्स ने जिहड़े उन्हां दे उत्ते बड़ी किल किल के दित्ती जा रही है, पर खबर है बड़ी अजीबो गरीब के पंजाब दा माहौल शांत है और इस नूं अशांत करन दी कोशिश जलंधर दे विच होई सी। 3 विद्यार्थी गिरफ्तार होए, कुछ हथियार मिले ने, विस्फोटक समगरी भी। सुखनाप जी 4 घटनावां जिहड़ियां उपरों थली वापरियां 5 ही हो गईयां। एक पिछले दिनां दे विच याद होएगा रेडियो चैनल पर सी दे श्रोतियां नूं कि सेब आए सी कश्मीर दे विचों पंजाब ट्रकां ही बिल्कुल, उन्हां सेबां दे उत्ते हिंदुस्तान मुर्दाबाद लिखिया होया सी, कुछ क सेबां ते 2-4-5 दे उत्ते एक कश्मीर दे अतवादी का नाम भी लिखा हुआ। चलो वह गल भी बड़ी चलाई गई, हूँ पाकिस्तान ने जा पाकिस्तान पक्षी जड़े लोग ने उन्होंने इस तरीके का प्रचार करना शुरू करता। वो तो बाद एक दो मुंडे कश्मीर दे पंजाब दे कुछ एक कालजा दे विचों गिरफ्तार किए गए थे, बाद विच पता नहीं लगा कि उन्होंने रखिया किहड़े पासे ले जाके जी। हुण बनूर दे विचों पुलिस ने छापेमारी की, एक कश्मीरी विद्यार्थी काबू किया बारे यह शक सी कि वह कश्मीर के उस पुलिस कर्मचारी का रिश्तेदार है जिहड़ा के कई बंदूक लैके फरार हो गया सी, तो उहदे बाद एक खाड़कू जथेबंदी दे नाल रल गया सी। उहदे तो बाद फिर जलंधर दे विच याद होएगा थाने दे विच बंब चले सी 1-2-3 लगातार, हालांकि कोई बहुता ज्यादा नुकसान नहीं सी होया पर अजे तक वो केस ट्रेस नहीं हो सकिया। थाने दे विच ही किसी द्वारा बंब सुटिया ने, भावें वध ताकत दे ने भावें घट ताकत दे ने, वो तो अपने आप दे विच ही बहुत वड्डा सवाल है ना कि कोई बंदा थाने की बंब सुट गया जी। चलो उहदे तों बाद फिर याद होएगा कि एक कुरियर दे दफ्तर दे विच धमाका होया सी, वो सारियां गल्लां दे विचों वो जिहड़ा कुरियर दफ्तर च धमाका होया सी उहदा पता लग गया कि भाई आपस विच टब्बर दी जमीन दे लैण देण दा मसला सी ते वो काम उधरले पासे, पर हुण अचानक अद्धी रात नूं जिहड़ी बीत चुकी है कश्मीर की पुलिस भी आउंदी है अमृतसर की पुलिस भी आउंदी है, वो एक जलंधर के नेड़े सिटी ग्रुप है एजुकेशनल इंस्टीट्यूशन ने यूनिवर्सिटी भी उन्होंने बनाई हुई है जी, उसके होस्टल में जाके घेरा पाते हैं, उतों 3 कश्मीर के विद्यार्थी काबू आते हैं सिटी कॉलेज के उस होस्टल के, जो दावा किया गया पुलिस अधिकारियों द्वारा लगातार 12-13 घंटे की पूछगिछ से 12-13 घंटे की तलाशी मुहिम तो बाद वो कहिंदे जी सानू इस विद्यक अदारे दे होस्टल दे उस कमरे दे विच्चों जिथे ए कश्मीरी विद्यार्थी रहिंदे आ AK-47 राइफल तक बरामद हुई है, गोली सिक्का बरामद होया ते इहदे नाल नाल 2 विद्यार्थी होर उत्थों काबू किए गए जिन्हां दे बारे पता लगा कि स्थानक, हालांकि पुलिस अपने आप दे विच इस मसले दे उत्ते बहुत ही क्लीयर नहीं कि उन्हां नूं किसे गतिविधि का पता सी जां नहीं पता सी।
ਚਲੋ ਇਹਦੇ ਤੋਂ ਬਾਅਦ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, 10 ਦਿਨ ਦਾ ਰਿਮਾਂਡ ਮਿਲ ਗਿਆ, ਹਾਲਾਂਕਿ ਪੁਲਿਸ 15 ਦਿਨ ਦਾ ਰਿਮਾਂਡ ਚਾਹੁੰਦੀ ਸੀ। ਹੁਣ ਜਿਹੜੇ ਬੰਦੇ ਗ੍ਰਿਫ਼ਤਾਰ ਕੀਤੇ ਗਏ ਆ ਗੁਲਜ਼ਾਰ ਨਦੀਮ ਤੇ ਯਸੂਫ ਰਫੀਕ ਭੱਟ, ਉਹਨਾਂ ਦੇ ਬਾਰੇ ਪੁਲਿਸ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਏਜੰਸੀ ISI ਦੇ ਨਾਲ ਸੰਬੰਧ ਹੈ, ਪੰਜਾਬ ਦੇ ਵਿੱਚ ਦੁਬਾਰਾ ਤੋਂ ਅੱਤਵਾਦ ਫੈਲਾਉਣ ਦਾ ਯਤਨ ਜਿਹੜਾ ਉਹ ISI ਕਰ ਰਹੀ ਹੈ ਤੇ ਅਸੀਂ ਉਹਦੇ ਯਤਨਾਂ ਨੂੰ ਅਗਾਉਂ ਹੀ ਜਿਹੜਾ ਉਹ ਦੱਬਣ ਦੇ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਚਲੋ ਇਹਦੇ ਤੋਂ ਬਾਅਦ ਇੱਕ ਮੁੰਡਾ ਹੋਰ ਕਾਬੂ ਆਇਆ, ਉਹ ਜਿਹੜਾ ਹੋਰ ਮੁੰਡਾ ਕਾਬੂ ਆਇਆ ਉਹ ਜਲੰਧਰ ਸ਼ਹਿਰ ਦੇ ਵਿੱਚੋਂ ਕਾਬੂ ਆਇਆ ਤੇ ਇੱਥੋਂ ਤੱਕ ਵੀ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਕਾਬੂ ਆਇਆ ਉਹਦੇ ਕੋਲ ਤਾਂ ਉਹ ਧਮਾਕਾਖੇਜ਼ ਸਮੱਗਰੀ ਤੱਕ ਬਰਾਮਦ ਹੋਈ ਹੈ। ਉਹ ਧਮਾਕਾਖੇਜ਼ ਸਮੱਗਰੀ ਜਿਹੜੀ ਹੈ ਉਹ ਕਿੱਥੇ ਵਰਤੀ ਜਾਣੀ ਸੀ, ਕਿੱਥੇ ਨਹੀਂ ਵਰਤੀ ਜਾਣੀ ਸੀ, ਉਹਦਾ ਨੁਕਸਾਨ ਕਿੰਨਾ ਕੁ ਹੋ ਸਕਦਾ ਤੇ ਕਿੰਨਾ ਕੁ ਹੋਇਆ, ਇਹ ਹੁਣ ਸਾਰਾ ਕੁਝ ਆਉਣ ਵਾਲਾ ਸਮਾਂ ਦੱਸੇਗਾ। ਪਰ ਜਲੰਧਰ ਦੇ ਇੱਕ ਵਿਦਿਅਕ ਅਦਾਰੇ ਦੇ ਹੋਸਟਲ ਦੇ ਵਿੱਚੋਂ AK-47 ਵਰਗਾ ਵੱਡਾ ਹਥਿਆਰ ਬਰਾਮਦ ਹੋਣਾ ਹੁਣ ਲੋਕਾਂ ਦੇ ਵਿੱਚ ਬਹੁਤ ਸਹਿਮ ਹੈ। ਲੋਕ ਤਾਂ ਇੱਥੋਂ ਤੱਕ ਵੀ ਆਖਣ ਲੱਗ ਪਏ ਕਿ ਭਾਈ ਐਤਕੀ ਸਿੱਧੇ ਤੌਰ ਦੇ ਉੱਤੇ ਜੋ ਕੁਝ ਵੀ ਕੀਤਾ ਜਾਊਗਾ ਉਹ ਹੁਣ ਬੜੀ ਇਮਾਨਦਾਰੀ ਦੇ ਨਾਲ ਕੀਤਾ ਜਾਵੇ ਤਾਂ ਬਿਹਤਰ, ਐਵੇਂ ਲੋਕਾਂ ਦੇ ਵਿੱਚ ਦਹਿਸ਼ਤ ਨਾ ਫੈਲ ਜਾਏ। ਪਰ ਜੇ ਸੱਚੀ ਮੁੱਚੀ ਪੰਜਾਬ 'ਚ ਇੱਦਾਂ ਦੀਆਂ ਗਤੀਵਿਧੀਆਂ ਦੂਸਰੇ ਸੂਬਿਆਂ ਦੇ ਕੁਝ ਇੱਕ ਵਿਦਿਆਰਥੀ ਕਰਦੇ ਆ ਤਾਂ ਫਿਰ ਉਹਦੇ ਲਈ ਚਿੰਤਤ ਹੋਣਾ ਜਿਹੜਾ ਉਹ ਸੁਖਨੈਬ ਜੀ ਸੁਭਾਵਿਕ ਹੀ ਹੈ ਜੀ। ਤੇ ਸਿੱਖਿਆ ਮੰਤਰੀ ਹੋਰ ਜਿਹੜੇ ਦਾਅਵੇ ਕਰਦੇ ਆ ਜੀ ਇਹਦੇ ਉਲਟੀ ਗੱਲਾਂ ਬਾਤਾਂ ਸਾਰੀਆਂ ਸਾਹਮਣੇ ਆ ਰਹੀਆਂ। ਉਹ ਇੱਕ ਪਾਸੇ ਆਖੀ ਜਾਂਦੇ ਆ ਜੀ ਕਿ ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਅਧਿਆਪਕਾਂ ਨੂੰ ਭਰਤੀ ਕੀਤਾ ਸੀ, ਆਰਥਿਕ ਮਦਦ ਕੇਂਦਰ ਨੇ ਰੋਕਤੀ ਅਤੇ ਤਾਂ ਕਰਕੇ ਅਸੀਂ ਕਹਿੰਦੇ ਜੀ ਇਹਨਾਂ ਨੂੰ ਰੈਗੂਲਰ ਕਰ ਲਿਆ ਤੇ ਸਕੀਮ ਨਾ ਬੰਦ ਹੋਈ ਹੈ ਤੇ ਨਾ ਹੀ ਕਹਿੰਦੇ ਫੰਡ ਰੋਕੇ ਗਏ ਨੇ, ਅਧਿਆਪਕ ਇਹ ਕਹਿੰਦੇ ਨੇ। ਸੁਖਨੈਬ ਜੀ ਦੋ ਤਿੰਨ ਵੱਡੇ ਨੁਕਤੇ ਨੇ ਅਧਿਆਪਕਾਂ ਦੇ ਸੰਘਰਸ਼ ਦੇ ਵਿੱਚ ਜੀ। ਸਿੱਖਿਆ ਮੰਤਰੀ ਸਾਹਿਬ OP ਸੋਨੀ ਨੇ ਅੰਮ੍ਰਿਤਸਰ ਤੋਂ ਉਹਨਾਂ ਦੀਆਂ ਗੱਲਾਂ ਸਾਰੀਆਂ ਹੀ ਠੀਕ ਨੇ, ਉਹਨਾਂ ਦੀ ਗੱਲ ਨੂੰ ਝੁਠਲਾਉਣ ਨੂੰ ਜੀ ਨਹੀਂ ਕਰਦਾ, ਜਿੰਨੇ ਸਿਆਣੇ ਬੰਦੇ ਆ ਉਹ। ਉਹ ਕਹਿੰਦੇ ਜੀ ਜੇ ਵਿਦਿਆਰਥੀਆਂ ਦਾ ਨੁਕਸਾਨ ਹੋਇਆ ਨਾ, ਜੇ ਅਧਿਆਪਕ ਸਕੂਲਾਂ ਚ ਨਾ ਗਏ, ਜੇ ਇਹਨਾਂ ਨੇ ਵਿਦਿਆਰਥੀਆਂ ਨੂੰ ਨਾ ਪੜ੍ਹਾਇਆ, ਵਿਦਿਆਰਥੀਆਂ ਦਾ ਇੱਕ ਸਕਿੰਟ ਦਾ ਵੀ ਨੁਕਸਾਨ ਹੋ ਗਿਆ, ਸਾਡੇ ਤੋਂ ਬੜਾ ਕੋਈ ਨੀ, ਫਿਰ ਕਾਨੂੰਨ ਸਾਨੂੰ ਕਾਰਵਾਈ ਕਰਨੀ ਪੈਣੀ ਆ, ਫਿਰ ਨਾ ਅਧਿਆਪਕ ਕੱਲ ਨੂੰ ਆਖ। ਦੇਖੋ ਇਹਦੇ ਤੋਂ ਚੰਗਾ ਬਿਆਨ ਕਿਸੇ ਸਿੱਖਿਆ ਮੰਤਰੀ ਦਾ ਕੀ ਹੋ ਸਕਦਾ ਕਿ ਅਸੀਂ ਸਰਕਾਰੀ ਸਕੂਲਾਂ ਚ ਪੜ੍ਹਦੇ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ। ਸੋਨੀ ਸਾਹਿਬ ਤੁਹਾਡਾ ਧੰਨਵਾਦ। ਪਰ ਜਿਹੜੇ ਸਕੂਲਾਂ ਚ ਪੰਜ ਪੰਜ ਜਮਾਤਾਂ ਤੇ ਅਧਿਆਪਕ ਇੱਕ ਇੱਕ ਆ, ਉੱਥੇ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੁੰਦਾ? ਜਿਹੜੇ ਸਕੂਲਾਂ ਦੇ ਵਿੱਚ ਪੰਜਾਬ ਦੀ ਆਪਣੀ ਪੰਜਾਬੀ ਭਾਸ਼ਾ ਪੜ੍ਹਾਉਣ ਦੇ ਲਈ ਕੋਈ ਅਧਿਆਪਕ ਹੀ ਨਹੀਂ, ਉੱਥੇ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੁੰਦਾ? ਬਹੁਤਿਕ ਨੁਕਸਾਨ ਵੀ ਹੋ ਰਿਹਾ ਉੱਥੇ। ਜਿਹੜੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ SST ਵਾਲਾ ਅਧਿਆਪਕ ਪੜ੍ਹਾ ਰਿਹਾ, SST ਹਿੰਦੀ ਵਾਲਾ ਅਧਿਆਪਕ ਪੜ੍ਹਾ ਰਿਹਾ, ਪੰਜਾਬੀ ਜਿਹੜੀ ਹੈ ਪੰਜਾਬੀ ਵਾਲੇ ਮੈਡਮ ਜਿਹੜੇ ਉਹ ਹਿੰਦੀ ਵੀ ਪੜ੍ਹਾ ਰਹੇ ਆ, ਉੱਥੇ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋ ਰਿਹਾ? ਤੁਹਾਡੇ ਵਿਦਿਆਰਥੀਆਂ ਦਾ ਨੁਕਸਾਨ ਤਾਂ ਸੋਨੀ ਸਾਹਿਬ ਉਦੋਂ ਵੀ ਹੋ ਰਿਹਾ ਜਦੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਵਿੱਚ ਅੱਗੇ ਵਧਣ ਦੇ ਲਈ ਕੋਈ ਸਹਾਇਤਾ ਹੈ ਹੀ ਨਹੀਂ। ਜੇ ਤੂੰ ਖਿਡਾਰੀਆਂ ਨੂੰ ਆਰਾਮ ਕੱਲ ਨੂੰ ਦੇ ਦੋਗੇ 20 ਹਜ਼ਾਰ ਹੀ ਦੇ ਦੋਗੇ, ਪਰ ਜਦੋਂ ਤੱਕ ਹੇਠਲੀ ਪੱਧਰ ਦੇ ਉੱਤੇ ਖਿਡਾਰੀਆਂ ਨੂੰ ਕੋਈ ਚੱਜ ਦੀ ਮਾੜੀ ਮੋਟੀ ਸੁਗਾਤ ਤੁਸੀਂ ਨਹੀਂ ਦਿੰਦੇ, ਟ੍ਰੇਨਰ ਨਹੀਂ ਦਿੰਦੇ, ਗਰਾਊਂਡਾਂ ਚੱਜ ਦੀਆਂ ਨਹੀਂ ਬਣਾਉਂਦੇ, ਉਦੋਂ ਤੱਕ ਆਪਾਂ ਇਹ ਕਹਿਣ ਦਾ ਹੱਕ ਹੀ ਨਹੀਂ ਰੱਖਦੇ ਕਿ ਭਾਈ ਜੇ ਬੱਚਿਆਂ ਦਾ ਨੁਕਸਾਨ ਹੋਇਆ ਤਾਂ ਫਿਰ ਵੇਖਿਓ। ਹੁਣ ਅੱਜ ਤੱਕ ਸੁਖਨੈਬ ਜੀ ਕਦੇ ਕਿਸੇ ਸਰਕਾਰੀ ਅਧਿਕਾਰੀ ਕਰਮਚਾਰੀ ਦੀ ਤਨਖਾਹ ਨਹੀਂ ਘਟਦੀ ਵੇਖੀ, ਕਿਸੇ ਮੰਤਰੀ ਸੰਤਰੀ ਮੁੱਖ ਮੰਤਰੀ ਦੀ ਤਨਖਾਹ ਨਹੀਂ ਘਟਦੀ ਵੇਖੀ, ਤਨਖਾਹ ਘਟੀ ਹੈ ਤੱਕ ਇਹਨਾਂ ਦੀ, ਅਧਿਆਪਕਾਂ ਦੀ ਘਟੀ ਹੈ। ਅਧਿਆਪਕ ਕੌਣ ਹੈ? ਵੋਟਾਂ ਪਵਾਉਣੀਆਂ ਤਾਂ ਅਧਿਆਪਕ, ਵੋਟਾਂ ਗਣਾਉਣੀਆਂ ਤਾਂ ਅਧਿਆਪਕ, ਵੋਟਾਂ ਬਣਾਉਣੀਆਂ ਤਾਂ ਅਧਿਆਪਕ, ਮਰਦਮਸ਼ੁਮਾਰੀ ਕਰਨੀ ਹੈ ਤਾਂ ਅਧਿਆਪਕ, ਇੱਥੋਂ ਤੱਕ ਕਿ ਕਿਸੇ ਪਿੰਡ ਦੇ ਵਿੱਚ ਕਿੰਨੇ ਬੰਦੇ ਖੁੱਲ੍ਹੇ ਆਮ ਪਖਾਨੇ ਜਾਂਦੇ ਆ ਖੇਤਾਂ 'ਚ, ਉਹਨਾਂ ਦੀ ਗਿਣਤੀ ਕਰਨੀ ਹੈ ਤਾਂ ਅਧਿਆਪਕ। ਜੇ ਬੱਚਿਆਂ ਨੂੰ ਵਿੱਚ ਵਿਚਾਲੇ ਪੜ੍ਹਾਉਣਾ ਤਾਂ ਵੀ ਅਧਿਆਪਕ ਹੀ ਪੜ੍ਹਾ ਦੂਗਾ, ਗੱਲ ਤਾਂ ਇੰਨੀ ਕੀ ਹੈ। ਜਦੋਂ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਭਾਈ ਅਧਿਆਪਕ ਦੀਆਂ ਡਿਊਟੀਆਂ ਬਹੁਤ ਹੈ ਤੇ ਅਧਿਆਪਕ ਨੂੰ ਵਿੱਤੀ ਤੌਰ ਤੇ ਸੁਰਖਰੂ ਕਰਨਾ ਬਹੁਤ ਜ਼ਰੂਰੀ ਹੈ, ਤੇ ਜੇ ਉਸ ਮੌਕੇ ਤੇ ਆ ਕੇ ਵੀ ਸਾਡੀਆਂ ਸਰਕਾਰਾਂ ਇਹ ਕਹਿਣ ਨਹੀਂ ਅਸੀਂ ਤਾਂ ਕਰਦੇ ਹਾਂ ਵਿਆਹ ਕਰ ਦਿਆਂਗੇ, ਅਧਿਆਪਕ ਹੁਣ ਐਵੇਂ ਟੱਪੀ ਜਾਂਦੇ ਆ, 90% ਅਧਿਆਪਕਾਂ ਨੇ ਸਾਨੂੰ ਸਹਿਮਤੀ ਦਿੱਤੀ ਹੈ, ਤੁਸੀਂ ਵਿਖਾ ਦਿਓ ਕਿਹੜੇ ਅਧਿਆਪਕ ਨੇ ਤੁਹਾਨੂੰ ਸਹਿਮਤੀ ਦਿੱਤੀ ਹੈ, ਕਿਹੜੇ ਜ਼ਿਲ੍ਹੇ ਦੇ ਕਿੰਨੇ ਅਧਿਆਪਕਾਂ ਨੇ ਸਹਿਮਤੀ ਦਿੱਤੀ, ਤੁਸੀਂ ਲਿਸਟ ਬਣਾ ਦਿਓ। ਲਿਸਟ ਦੇ ਨਹੀਂ ਰਹੇ, 5 ਬੰਦੇ ਸਸਪੈਂਡ ਕਰ ਦਿੱਤੇ, ਸਸਪੈਂਸ਼ਨ ਦਾ ਕਾਰਨ ਕੋਈ ਲਿਖਿਆ ਨਹੀਂ, ਤੇ ਹੁਣ ਸਾਰੀਆਂ ਫੈਡਰੇਸ਼ਨਾਂ ਸਾਰੀਆਂ ਜਥੇਬੰਦੀਆਂ ਪੰਜਾਬ ਦੇ ਇਹਨਾਂ ਅਧਿਆਪਕਾਂ ਦੇ ਹੱਕ ਦੇ ਵਿੱਚ ਡਟ ਗਈਆਂ। ਹੁਣ 13 ਅਕਤੂਬਰ ਨੂੰ ਪਟਿਆਲੇ ਚ ਪੋਲ ਖੋਲ ਰੈਲੀ, ਪੱਕਾ ਧਰਨਾ ਤੇ ਮਰਨ ਵਰਤ ਦੀ ਉਹਨਾਂ ਨੇ ਡਟਵੀਂ ਹਮਾਇਤ ਜਿਹੜੀ ਕਰ ਦੇਣੀ ਹੈ, ਤੇ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਦੀ ਸਾਰੀ ਪ੍ਰਕਿਰਿਆ ਕਿੱਧਰਲੇ ਪਾਸੇ ਨੂੰ ਜਾਂਦੀ ਹੈ,
पर जिस तरह हुण बाकी जथेबंदियां ने इधर अध्यापकां दे हक दे विच डटन दा ऐलान कर दिता उहनूं वेखदिआं लगता है कि हुण सरकार दे उत्ते प्रैशर जिहड़ा उह काफी वड्डी पद्धर दे उत्ते वधेगा जरूर। जी बिल्कुल, व्हाट्सएप अज मैं गया सी उस धरने वाली थां दे उत्ते, कवरेज करके आए हां, असीं देखिआ माहौल, अध्यापक है जिहड़े उह आए हुए ने और उहनां दे हौंसले भी बुलंद है। दो उहनां अध्यापकां नूं वी अज मिले जिहड़िआं नूं सस्पेंड कीता होइआ, नहीं तां सस्पेंड होया व्यक्ति है जिहड़ा जी हथियार दे सुट जांदा, आपां जाणदे आं किहो जिहे हालात उहनां दे हुंदे आ। दूसरे पासे जिहड़ा हजे संघर्ष है उह लम्मा चल सकदा, और इक वड्डी गल जिहड़ी मैनूं चंगी लगी उहदे च इह वी गल है कि ਜਿਹੜੇ ਅਧਿਆਪਕ ਨੇ ਨਾ, ਅਧਿਆਪਕ ਆਗੂ ਨੇ ਖਾਸ ਕਰਕੇ, ਉਹ ਕਹਿੰਦੇ ਵੀ ਅਸੀਂ ਕਿਸੇ ਰਾਜਨੀਤਿਕ ਆਗੂ ਨੂੰ ਮੰਚ ਨਹੀਂ ਦੇਣਾ। ਹਾਲਾਂਕਿ ਅਮਨ ਅਰੋੜਾ ਹੋ ਰਿਹਾ ਜਿਹੜੇ ਅੱਜ ਉਸ ਸੰਪਤੀ ਦੇ ਵਜੋਂ ਉਦੋਂ ਉੱਥੇ ਆਏ ਬੈਠੇ ਸੀ, ਪਰ ਉਹ ਮਾਈਕ ਤੇ ਨਹੀਂ ਬੋਲੇ। ਸੁਖਨੈਬ ਜੀ, ਬੜੀ ਚੰਗੀ ਗੱਲ ਹੈ ਜੇ ਅਧਿਆਪਕ ਗੈਰ ਸਿਆਸੀ ਰੱਖਣਗੇ ਨਾ ਸਾਰੀ ਗੱਲ ਚੰਗੇ ਰਹਿਣਗੇ। ਭਗਵੰਤ ਮਾਨ ਸਾਹਿਬ ਵੀ ਗਏ ਸੀ, ਉਹਨਾਂ ਨੂੰ ਵੀ ਨੀ ਬੋਲਣ ਦਿੱਤਾ ਬੀਬੀ ਸਰਬਜੀਤ ਕੌਰ ਮਾਣੂ ਕੇ ਹਰਪਾਲ ਸਿੰਘ ਚੀਮਾ। ਹਾਲਾਂਕਿ ਚੀਮਾ ਸਾਹਿਬ ਇਸ ਵੇਲੇ ਬਹੁਤ ਵੱਡੇ ਅਹੁਦੇ ਤੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੇ, ਪਰ ਉਹਦਾ ਫਰਕ ਕੀ ਪਿਆ? ਜੇ ਉਦਣ ਬੋਲਣ ਦੇ ਦਿੰਦੇ ਫਿਰ ਉਹ ਧਰਨਾ ਵਿਰੋਧੀ ਧਿਰਾਂ ਦਾ ਹੋ ਜਾਣਾ ਸੀ, ਸਰਕਾਰ ਜਿਹੜੀ ਰਹਿੰਦੀ ਹੁੰਦੀ ਉਹ ਵੀ ਆਕੜ ਜਾਣਾ ਸੀ ਉਹਨਾਂ ਨੇ। ਦੂਸਰੇ ਪਾਸੇ ਫਿਰ ਹੋ ਸਕਦਾ ਕਿ ਸਿਆਸੀ ਲੀਡਰ ਘਰੇ ਜਾ ਕੇ ਸੌ ਜਾਂਦੇ, ਪਰ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਬੜੀ ਛੇਤੀ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਮਿਲਾਂਗੇ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਧਿਆਪਕਾਂ ਦੀਆਂ ਮੰਗਾਂ ਵੱਲ ਤੁਸੀਂ ਸਾਡੀ ਸਰਕਾਰ ਦਾ ਧਿਆਨ ਜਿਹੜਾ ਉਹ ਦਵਾਓ। ਹੁਣ ਇੱਕ ਗੱਲ ਤਾਂ ਪੱਕੀ ਹੈ, ਜੇ ਸਾਡੀ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਹਾਲਾਤ ਇਦਾਂ ਦੇ ਰੱਖਣੇ ਆ ਕਿ ਭਾਈ ਕਦੇ ਅਧਿਆਪਕਾਂ ਦੀ ਤਨਖਾਹ ਘਟਾ ਦਿਓ ਤੇ ਕਦੇ ਵਧਾ ਦਿਓ, ਫਿਰ ਤਾਂ ਵਿਦਿਆਰਥੀਆਂ ਦਾ ਭਵਿੱਖ ਨਹੀਂ ਹੋਣਾ ਚੰਗਾ। ਬਾਕੀ ਓਪੀ ਸੋਨੀ ਸਾਹਿਬ ਸਿਆਣੇ ਬੰਦੇ ਨੇ, ਮੈਂ ਫਿਰ ਕਹਿੰਦਾ ਜ਼ਿਆਦਾ ਹੀ ਸਿਆਣੇ ਨੇ, ਪਰ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਕਿ ਜਦੋਂ ਡਾਕਟਰ ਤਲਵੰਡੀ ਹੈਗੇ ਨੇ ਇਧਰਲੇ ਪਾਸੇ ਸੁਲਤਾਨਪੁਰ ਲੋਧੀ ਤੋਂ ਪਿੰਦਰਜੀਤ ਕੌਰ ਉਹ ਸਿੱਖਿਆ ਮੰਤਰੀ ਬਣੇ ਸੀ, ਤਾਂ ਬਾਅਦ ਵਿੱਚ ਕੀ ਹੋਇਆ ਸੀ? ਮੁੜ ਕੇ ਸੌਦਾ ਪਤਾ ਖਿਲਰ ਜਾਂਦਾ ਹੁੰਦਾ। ਮਾਝੇ ਤੋਂ ਜਿੰਨੇ ਵੀ ਅੱਜ ਤੱਕ ਵਿਧਾਇਕ ਸਿੱਖਿਆ ਮੰਤਰੀ ਬਣੇ ਆ, ਦੂਜੀ ਵਾਰੀ ਪਾਣੀ ਨਹੀਂ ਪੁੱਛਿਆ ਉਹਨਾਂ ਨੇ। ਡਾਕਟਰ ਦਲਜੀਤ ਸਿੰਘ ਚੀਮਾ ਇੰਨੇ ਪੜ੍ਹੇ ਗੁੜੇ ਸੀ, ਉਹ ਸਿੱਖਿਆ ਮੰਤਰੀ ਬਣੇ ਸੀ, ਤੀਸਰੇ ਨੰਬਰ ਦੇ ਉੱਤੇ ਆਏ, ਕਿਉਂਕਿ ਲੋਕਾਂ ਨੂੰ ਵੀ ਕਦੇ ਕਦੇ ਨਜ਼ਰ ਆਉਂਦਾ ਹੁੰਦਾ ਕਿ ਕਿਹਦੇ ਨਾਲ ਧੱਕਾ ਹੋ ਰਿਹਾ ਤੇ ਕਿਹਦੇ ਨਾਲ ਨਹੀਂ ਧੱਕਾ ਹੋ ਰਿਹਾ। ਸਰਕਾਰ ਬਾਕੀ 20 ਚੀਜ਼ਾਂ ਨੇ ਰੋਕ ਦਿਓ, ਤੁਸੀਂ ਉਧਰਲੇ ਪਾਸਿਓ ਸਰਜੂ ਇੱਕ ਅੱਧਾ ਫਲਾਈਓਵਰ ਲੇਟ ਬਣਾ ਦਿਓ, ਪਰ ਆ ਜਿਹੜਾ ਫਲਾਈਓਵਰ ਬੱਚਿਆਂ ਦੀ ਲਾਈਫ ਦੇ ਵਿੱਚ ਬਣਨਾ ਨਾ, ਇਹਦੇ ਵਿੱਚ ਤੁਸੀਂ ਢਾਂਚਾ ਕਮਜ਼ੋਰ ਨਾ ਪਾਓ। ਕੱਲ ਨੂੰ ਇਹ ਨਾ ਆਖ ਦਿਓ ਕਿ ਭਾਈ ਚੂਹਿਆਂ ਨੇ ਥੱਲਿਓ ਕੁਝ ਖਾ ਲਿਆ ਸੀ ਇਸ ਕਰਕੇ ਪੁੱਲ ਡਿੱਗ ਪਿਆ। ਜੀ ਤੇ ਵਾਟ ਸਾਹਿਬ, ਆ ਇੱਕ ਹੋਰ ਚੰਗੀ ਖਬਰ ਹੈ, ਹਰਵਿੰਦਰ ਸਿੰਘ ਤੀਰ ਅੰਦਾਜ਼ ਪੈਰਾ ਓਲੰਪਿਕਸ ਦੇ ਵਿੱਚੋਂ ਗੋਲਡ ਦੇ ਉੱਤੇ ਨਿਸ਼ਾਨਾ ਲਾਇਆ ਹੈ। ਸੁਖਨੈਬ ਜੀ, ਅੱਜ ਦੋ ਖਬਰਾਂ ਵਧੀਆ ਆਈਆਂ ਨੇ ਖੇਡਾਂ ਦੇ ਪੱਖ ਤੋਂ, ਸੱਚੀ ਮੁੱਚੀ ਬਹੁਤ ਵਧੀਆ ਖਬਰਾਂ ਨੇ। ਇੱਕ ਤਾਂ ਭਾਰਤੀ ਜੂਨੀਅਰ ਜਿਹੜੀ ਗੱਭਰੂਆਂ ਦੀ ਹਾਕੀ ਟੀਮ ਹੈ, ਉਹਨਾਂ ਨੇ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ 5 ਦੇ ਮੁਕਾਬਲੇ 4 ਗੋਲਾਂ ਦੇ ਨਾਲ ਹਰਾ ਕੇ ਚੌਥੀ ਜਿੱਤ ਜਿਹੜੀ ਹਾਸਲ ਕਰ ਲਈ ਹੈ, ਤੇ ਸੁਲਤਾਨ ਅਜ਼ਲਾਨ ਸ਼ਾਹ ਜੌਹਰ ਕੱਪ ਜਿਹੜਾ ਹੈ ਉਹਦੇ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਵੀ ਪੱਕੀ ਕਰ ਲਈ ਹੈ। ਇਹ ਬੜੇ ਚੰਗੇ ਤਰੀਕੇ ਦੇ ਨਾਲ ਜਿਹੜਾ ਉਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ। ਕੋਈ ਇੱਕ ਸਮਾਂ ਤੇ ਇਦਾਂ ਦਾ ਵੀ ਸੀ ਜਦੋਂ 4-0 ਦੇ ਨਾਲ ਜਿਹੜਾ ਉਹ ਵਾਧਾ ਭਾਰਤ ਨੇ ਬਣਾ ਲਿਆ ਸੀ, ਪਰ ਬਾਅਦ ਵਿੱਚ ਉਹ ਲਗਾਤਾਰ ਫਿਰ ਆਸਟ੍ਰੇਲੀਆ ਵਾਲੇ ਨੇ ਵੀ ਗੋਲ ਕੀਤੇ, ਪਰ ਆਖਿਰਕਾਰ 5-4 ਦੇ ਨਾਲ ਭਾਰਤ ਜਿਹੜਾ ਉਹ ਜਿੱਤਣ ਦੇ ਵਿੱਚ ਕਾਮਯਾਬ ਰਿਹਾ। ਦੂਸਰੇ ਪਾਸੇ ਤੁਸੀਂ ਜਿਹੜੇ ਤੀਰਅੰਦਾਜ਼ ਹਰਵਿੰਦਰ ਸਿੰਘ ਦੀ ਗੱਲ ਕੀਤੀ ਹੈ, ਉਹ ਤਾਂ ਸੱਚੀ ਮੁੱਚੀ ਪ੍ਰਾਪਤੀ ਹੈ। ਦੇਖੋ ਉਸ ਖਿਡਾਰੀ ਦੀਆਂ ਲੱਤਾਂ ਨਹੀਂ ਹੈ, ਲੱਤਾਂ ਸਹੀ ਨਹੀਂ ਕੰਮ ਕਰਦੀਆਂ, ਇਹਦੇ ਬਾਵਜੂਦ ਵੀ ਨਿਸ਼ਾਨਾ ਬਿਲਕੁਲ ਸਿੱਧਾ ਲੱਗਾ। ਇਹਦਾ ਮਤਲਬ ਤਾਂ ਇਹੀ ਹੈ ਕਿ ਭਾਈ ਤੁਹਾਡੇ ਸਰੀਰ ਦਾ ਕੋਈ ਅੰਗ ਕੰਮ ਨਹੀਂ ਵੀ ਕਰਦਾ ਤਾਂ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਤੇ ਹੁਣ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਹਰਵਿੰਦਰ ਨੇ ਚੀਨ ਦੇ ਲਿਸ਼ਾਊ ਨੂੰ 6 ਦੇ ਮੁਕਾਬਲੇ 0 ਅੰਕਾਂ ਦੇ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ, ਤੇ ਭਾਰਤ ਦੀ ਝੋਲੀ ਦੇ ਵਿੱਚ ਇਹ 7ਵਾਂ ਗੋਲਡ ਮੈਡਲ ਜਿਹੜਾ ਉਹ ਪਿਆ। ਸੋ ਵੇਖਦੇ ਹਾਂ ਕਿ ਬਾਕੀ ਸਾਰਾ ਕੰਮਕਾਰ ਕਿਵੇਂ ਚੱਲਦਾ, ਤੇ ਅੱਜ ਇੱਕ ਚਾਂਦੀ ਦਾ ਤੇ ਇੱਕ ਕਾਂਸੀ ਦਾ ਮੈਡਲ ਵੀ ਜਿਹੜਾ ਉਹ ਭਾਰਤੀ ਖਿਡਾਰੀਆਂ ਨੇ ਇਹਨਾਂ ਖੇਡਾਂ ਦੇ ਵਿੱਚ ਜਿਹੜਾ ਉਹ ਜਿੱਤਿਆ। ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਇਸ ਵੇਲੇ ਸਿਖਰਲੀ ਪੜ੍ਹਾਈ ਜਿਹੜੀ ਕਰ ਰਿਹਾ, ਤੇ ਪ੍ਰਾਪਤੀ ਜਿਹੜੀ ਕੀਤੀ ਹੈ ਸੱਚੀ ਮੁੱਚੀ ਮਾਣ ਕਰਨ ਯੋਗ ਹੈ ਜੀ। ਸੋ ਬਹੁਤ ਮਿਹਰਬਾਨੀ ਵਾਟ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਕੱਲ ਫੇਰ ਸਾਂਝ ਪਾਵਾਂਗੇ। ਮਾਫੀ ਚਾਹਾਂਗੇ ਸਰੋਤਿਆਂ ਨੂੰ, ਅੱਜ ਕਾਲਾਂ ਲੈਣ ਦਾ ਵਕਤ ਹੀ ਨਹੀਂ ਸੀ, ਖਬਰਾਂ ਹੀ ਇੰਨੀਆਂ ਕੇ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸੁਖਨੈਬ ਜੀ, ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਸ਼ੁਭ ਇਸ਼ਾਵਾਂ। ਬਹੁਤ ਮਿਹਰਬਾਨੀ ਤੇ ਵਾਟ ਸਾਹਿਬ, ਤੁਹਾਨੂੰ 2-3 ਸੱਜਣਾਂ ਨੇ ਵਿਸ਼ ਕੀਤੀ ਹੈ, ਔਰ ਮੇਰੇ ਵੱਲੋਂ ਸਾਰਿਆਂ ਦਾ ਹੀ ਧੰਨਵਾਦ, ਤੇ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਇਸ ਜਗਤ ਦੇ ਵਿੱਚ ਅਵਤਾਰ ਧਾਰਿਆ ਉਹ ਅੱਜ ਤੋਂ 36 ਸਾਲ ਪਹਿਲਾਂ। ਬਹੁਤ ਧੰਨਵਾਦ ਜੀ। ਸੋ ਕਈ ਸੱਜਣਾਂ ਨੂੰ ਇਹ ਅਫਸੋਸ ਹੁੰਦਾ ਹੈ ਕਿ ਅਵਤਾਰ, ਜੇ ਅਸੀਂ ਸ਼ਬਦਾਂ ਨੂੰ ਦੇਖੀਏ ਤਾਂ ਉਹ ਕਿਤੇ ਵਰਤੇ ਜਾ ਸਕਦੇ ਹੁੰਦੇ ਆ, ਪਰ
ਉਹਨਾਂ ਦਾ ਮਨੋਰਥ ਨਾ ਗਲਤ ਲਿਆ ਜਾਵੇ। ਜਦੋਂ ਕਿਸੇ ਨੂੰ ਚੜਾਉਣ ਦੇ ਵਾਸਤੇ ਸ਼ਬਦ ਵਰਤੇ ਜਾਂਦੇ ਆ ਨਾ, ਉਦੋਂ ਦੁੱਖ ਲੱਗਦਾ ਹੈ। ਵੈਸੇ ਤਾਂ ਸਾਰੇ ਸ਼ਬਦ ਕਿਤੇ ਨਾ ਕਿਤੇ ਵਰਤਣ ਵਾਸਤੇ ਹੈ। ਇੱਕ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਚੱਲਦੇ ਹਾਂ ਜੀ ਪਟਿਆਲੇ। ਪਟਿਆਲੇ ਤੋਂ ਆਪਾਂ ਗੱਲਬਾਤ ਕਰਾਂਗੇ ਯੂਨੀਵਰਸਿਟੀ ਦੇ ਇੱਕ ਰਿਸਰਚ ਸਕਾਲਰ ਦੇ ਨਾਲ, ਉੱਥੇ ਕੀ ਕੁਛ ਹੋ ਰਿਹਾ। ਇੱਕ ਵਿਦਿਆਰਥੀ ਆਗੂ ਸਾਡੇ ਨਾਲ ਜੁੜਨਗੇ, ਜਾਣਾਂਗੇ ਉੱਥੋਂ ਦੇ ਹੋਸਟਲਾਂ ਦਾ ਰੌਲਾ ਰੱਪਾ ਕੀ ਹੈ।